ਜਸ ਗੱਲਬਾਤ ਦੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਸਾਰਿਆਂ ਨੂੰ ਅਰੁਣ ਕੌਰ ਦੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਬਹੁਤ ਐਕਸਾਈਟਿਡ ਹਾਂ। ਆਈ ਟੋਲਡ ਯੂ ਔਨ ਫੇਸਬੁੱਕ ਪੇਜ ਆਲਸੋ, ਐਂਡ ਮੈਂ ਹੁਣ ਸਾਰਿਆਂ ਨੂੰ ਦੱਸ ਰਹੀ ਹਾਂ ਜਿਹੜੇ ਕਿ ਫੇਸਬੁੱਕ 'ਤੇ ਨਹੀਂ ਜਾਂਦੇ, ਮੈਂ ਅਗੇਨ ਇੱਕ ਰਿਕੁਐਸਟ ਹੈ, ਫੇਸਬੁੱਕ ਪੇਜ ਨੂੰ ਜਸ ਗੱਲਬਾਤ ਦੇ ਜ਼ਰੂਰ ਜੁਆਇਨ ਕਰੋ ਤਾਂ ਕਿ ਅਸੀਂ ਇਮੀਡੀਏਟਲੀ ਤੁਹਾਨੂੰ ਹਰ ਚੀਜ਼ ਅਪਡੇਟ ਕਰਦੇ ਰਹੀਏ। ਪਰ ਲੈਟ ਮੀ ਸ਼ੇਅਰ ਦੈਟ ਵਾਈ ਆਈ ਐਮ ਐਕਸਾਈਟਿਡ, ਬਿਕੋਜ਼ ਅਸੀਂ ਡਾਕਟਰ ਨਵਦੀਪ ਸ਼ਰਮਾ ਐਂਡ ਉਹਨਾਂ ਦੇ ਮਿਸਿਸ ਡਾਕਟਰ ਮੋਨਿਕਾ ਸ਼ਰਮਾ ਦੇ ਨਾਲ ਇੱਥੇ ਬੈਠੇ ਹੋਏ ਹਾਂ। ਥੈਂਕ ਯੂ ਸੋ ਮੱਚ ਫੋਰ ਜੁਆਇਨਿੰਗ ਅਸ ਜੀ। ਸਤਿ ਸ਼੍ਰੀ ਅਕਾਲ, ਵੈਲਕਮ ਬੈਕ ਡਾਕਟਰ ਸ਼ਰਮਾ, ਐਂਡ ਥੈਂਕ ਯੂ ਫੋਰ ਬ੍ਰਿੰਗਿੰਗ ਮੋਨਿਕਾ, ਸ਼ੀ ਇਜ਼ ਅ ਡਾਕਟਰ। ਮੈਂ ਤੁਹਾਨੂੰ ਪਿਛਲੀ ਵਾਰੀ ਵੀ ਦੱਸਿਆ ਸੀ ਕਿ ਦੇ ਆਰ ਬਲੈਸਡ ਕਿ ਦੋਨੋਂ ਸੇਮ ਲਾਈਨ 'ਚ ਨੇ, ਐਂਡ ਯੂ ਨੋ ਦੇ ਬੋਥ ਆਰ ਫਰੋਮ ਆਯੁਰਵੇਦਾ ਐਂਡ ਦੇ ਆਰ ਸਪੈਸ਼ਲਿਸਟ ਇਨ ਦੈਟ। ਸੋ ਥੈਂਕ ਯੂ ਮੋਨਿਕਾ ਦੈਟ ਯੂ ਜੁਆਇੰਡ ਅਸ। ਸੋ ਵੀ ਰੀਅਲੀ ਐਕਸਾਈਟਿਡ ਕਿ ਅਸੀਂ ਤੁਸੀਂ ਨਾਲ ਇੰਨਾ ਟਾਈਮ ਕੱਢਿਆ ਸਾਡੇ ਵਾਸਤੇ, ਇੰਡੀਆ ਤੋਂ ਤੁਹਾਡਾ ਸੈਕਿੰਡ ਟ੍ਰਿਪ ਲੱਗ ਗਿਆ ਜਲਦੀ ਜਲਦੀ, ਐਂਡ ਦਿਸ ਚਾਂਸ ਹੈਜ਼ ਬਿਨ ਗਿਵਨ ਟੂ ਅਸ। ਸੋ ਮੈਂ ਸਾਰਿਆਂ ਨੂੰ ਕਹਿ ਦਾਂ ਕਿ ਜ਼ਰੂਰ ਤੁਸੀਂ ਲਗਾਤਾਰ ਆਪਣੇ ਕੁਐਸਚਨਸ ਵੀ ਰੈਡੀ ਰੱਖੋ। ਡਾਕਟਰ ਸਾਹਿਬ 14th 15th ਨੂੰ ਨਿਊਯਾਰਕ 'ਚ ਅਵੇਲੇਬਲ ਨੇ, ਸੋ ਸ਼ੋਅ ਤੋਂ ਬਾਅਦ ਵੀ ਤੁਸੀਂ ਕੋਂਟੈਕਟ ਰੱਖ ਸਕਦੇ ਹੋ। ਅਸੀਂ ਨੰਬਰਸ ਤੁਹਾਨੂੰ ਦੇ ਰਹੇ ਹਾਂ ਸਰ ਦੇ, ਨਿਊਯਾਰਕ ਦੇ ਵੀ ਦੇ ਰਹੇ ਹਾਂ, ਕੈਲੀਫੋਰਨੀਆ ਦੇ ਵੀ ਦੇ ਰਹੇ ਹਾਂ, ਕਿਉਂਕਿ ਬਾਅਦ ਵਿੱਚ ਦੋ ਦਿਨਾਂ ਬਾਅਦ 17th 18th ਨੂੰ ਇਹ ਕੈਲੀਫੋਰਨੀਆ 'ਚ ਹੋਣਗੇ। ਸੋ ਦੇ ਹੀਲ ਬੀ ਅਵੇਲੇਬਲ ਇਨ ਯੂ ਐਸ ਫੋਰ 4 ਡੇਜ਼, ਐਂਡ ਮੇਕ ਦਾ ਬੈਸਟ ਆਫ ਇਟ। ਐਂਡ ਹੁਣ ਇਸ ਘੰਟੇ ਵਾਸਤੇ ਆਪਣੇ ਕੁਐਸਚਨਸ ਤਿਆਰ ਰੱਖੋ। ਔਰ ਮੈਨੂੰ ਡਾਕਟਰ ਸਾਹਿਬ ਥੈਂਕ ਯੂ ਸੋ ਮੱਚ, ਮੈਨੂੰ ਬਹੁਤ ਅੱਛਾ ਫੀਡਬੈਕ ਮਿਲਿਆ ਲਾਸਟ ਟਾਈਮ ਜਦੋਂ ਅਸੀਂ ਇਕੱਠੇ ਬੈਠੇ ਹਾਂ, ਅਤੇ ਤੁਸੀਂ ਜੋ ਵੀ ਚੀਜ਼ਾਂ ਕੀਤੀਆਂ ਸੀ ਮੈਨੂੰ ਯੂ ਨੋ ਵਿਊਅਰਸ ਦੱਸਦੇ ਰਹਿੰਦੇ ਨੇ। ਦੇ ਵਾਜ਼ ਅ ਕੁਐਸਚਨ ਇਫ ਯੂ ਰਿਮੈਂਬਰ ਕਿ ਉਹ ਹਾਈਪੋਥਾਇਰਾਇਡਿਜ਼ਮ ਬਾਰੇ ਦੱਸ ਰਹੇ ਸੀਗੇ, ਉਹਨਾਂ ਨੇ ਬਿਲਕੁਲ ਰੈਗੂਲਰਲੀ ਤੁਹਾਡੀ ਦਵਾਈ ਫੋਲੋ ਕੀਤੀ, 1 ਮੰਥ ਉਹਨਾਂ ਨੇ ਦਿੱਤੀ, ਕਹਿੰਦੇ ਮੇਰੇ ਐਨਰਜੀ ਲੈਵਲ 'ਚ ਇੰਨਾ ਫਰਕ ਹੈ ਕਿ ਬੜਾ ਬਹੁਤ ਜ਼ਿਆਦਾ, ਕਿ ਉਹ ਬਹੁਤ ਜ਼ਿਆਦਾ ਐਨਰਜੀ ਲੋ ਫੀਲ ਕਰ ਰਹੇ ਸੀ। ਫਿਰ ਹੁਣ ਉਸ ਦਵਾਈ ਤੋਂ ਬਾਅਦ ਆਫਟਰ 1 ਮੰਥ ਉਹਨਾਂ ਨੇ ਕਾਫੀ ਫੀਲ ਕੀਤਾ ਹੈ ਕਿ ਬਹੁਤ ਅੱਛੀ ਗੱਲ ਹੈ ਜੀ, ਬਹੁਤ ਅੱਛੀ ਗੱਲ ਹੈ। ਔਰ ਬੜਾ ਅੱਛਾ ਲੱਗਦਾ ਵਾ ਜਦੋਂ ਗਾਈਡਲਾਈਨਸ ਨੂੰ ਫੋਲੋ ਕਰਦੇ ਨੇ ਲੋਕ ਸਾਰੇ, ਇੱਕ ਸੈਟੀਸਫੈਕਸ਼ਨ ਮਿਲਦੀ ਹੈ ਐਜ਼ ਅ ਫਿਜ਼ੀਸ਼ੀਅਨ ਕਿ ਹਾਂ, ਅਗਰ ਆਯੁਰਵੇਦ 'ਚ ਕੁਛ ਅੱਛੀ ਚੀਜ਼ ਦੱਸੀ ਗਈ ਹੈ ਔਰ ਆਪਾਂ ਅੱਗੇ ਸ਼ੇਅਰ ਕਰ ਰਹੇ ਹਾਂ ਔਰ ਅੱਗੇ ਲੋਕ ਜਦੋਂ ਫੋਲੋ ਕਰਦੇ ਨੇ, ਇਟ ਗਿਵਸ ਇਮੈਂਸ ਪਲੇਜ਼ਰ। ਥੈਂਕਸ ਕਿ ਤੁਸੀਂ ਫੋਲੋ ਕੀਤਾ ਜੀ ਜੀ। ਉਹਦੇ ਇਲਾਵਾ ਮੈਨੂੰ ਲੱਗਦਾ ਥੈਂਕ ਯੂ ਸੋ ਮੱਚ ਕਿ ਜਿਹੜੇ ਫੀਡਬੈਕ ਦਿੰਦੇ ਆ, ਕਈ ਕਰਦੇ ਵੀ ਹੋਣੇ, ਸਾਨੂੰ ਦੱਸਦੇ ਨਹੀਂ, ਬਿਲਕੁਲ ਜੀ। ਸੋ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਯੂ ਨੋ ਵੀ ਡੂਇੰਗ ਸਮਥਿੰਗ ਗੁੱਡ। ਸੋ ਉਹਦੇ ਇਲਾਵਾ ਡਾਕਟਰ ਸਾਹਿਬ ਮੈਨੂੰ ਇਹ ਵੀ ਧਿਆਨ ਆ ਰਿਹਾ ਸੀ ਉਸ ਨਾਲ ਗੱਲ ਕਰਦਿਆਂ ਕਿ ਜਿਵੇਂ ਉਹਨੇ ਵੀ ਕਿਹਾ 1 ਮੰਥ ਲਿਆ, ਮੈਂ ਕਿਹਾ ਉਹਨਾਂ ਨੇ ਕਿਹਾ ਸੀਗਾ ਕਿ ਕੰਟੀਨਿਊ ਨਹੀਂ ਰੱਖਣਾ, ਦੈਨ ਆਈ ਰਿਮੈਂਬਰਡ ਈਵਨ ਮਾਈ ਬਿਲੀਫ ਸਿਸਟਮ ਬਿਫੋਰ ਟਾਕਿੰਗ ਟੂ ਯੂ ਵਾਜ਼ ਕਿ ਆਯੁਰਵੇਦਾ ਬੜੀ ਗਰਮ ਹੈ, ਯੂ ਨੋ ਪਤਾ ਨਹੀਂ ਕੰਟੀਨਿਊ ਰੱਖਣੀ ਚਾਹੀਦੀ ਹੈ ਕਿ ਨਹੀਂ, ਸਰੀਰ ਨੂੰ ਕਿੰਨਾ ਕੁ ਇਸ ਤਰ੍ਹਾਂ ਜ਼ਿਆਦਾ ਗਰਮੀ ਨਾ ਹੋ ਜਾਏ। ਸੋ ਉਹਦੇ ਬਾਰੇ ਵੀ ਮੈਂ ਜ਼ਰੂਰ ਚਾਹਾਂਗੀ ਕਿ ਤੁਸੀਂ ਥੋੜ੍ਹੀ ਜਿਹੀ ਸਾਡੇ ਜਿਹੜੇ ਉਹ ਨਾ, ਮੈਂ ਦੱਸਣਾ ਵੀ ਚਾਹਾਂਗਾ ਜੀ। ਐਕਚੁਅਲੀ ਦੇਖੋ, ਇਹ ਬਿਲੀਫ ਕਿ ਆਯੁਰਵੇਦ ਗਰਮ ਹੈ, ਡੈਫੀਨੇਟਲੀ ਕੁਛ ਹਰਬਸ ਨੇ ਜਿਹੜੀਆਂ ਗਰਮ ਨੇ, ਜਿਸ ਤਰ੍ਹਾਂ ਆਪਾਂ ਸੁੰਢ ਦੀ ਗੱਲ ਕਰਦੇ ਹਾਂ, ਸ਼ੁੰਠੀ ਦੀ ਗੱਲ ਕਰਦੇ ਹਾਂ, ਸ਼ੁੰਠੀ ਗਰਮ ਹੈ, ਕੁਛ ਹਰਬਸ ਹੁੰਦੀਆਂ ਨੇ ਜਿਹੜੀਆਂ ਥੋੜ੍ਹੀਆਂ ਗਰਮ ਨੇ। ਲੇਕਿਨ ਅਗਰ ਆਪਾਂ ਗੱਲ ਕਰ ਰਹੇ ਹਾਂ ਜਨਰਲ ਕੰਬੀਨੇਸ਼ਨਸ ਦੀ, ਜਿਸ ਤਰ੍ਹਾਂ ਕਿ ਆਪਾਂ ਚਤੁਰਬੀਜ ਦੀ ਗੱਲ ਕੀਤੀ, 1 ਮੰਥ ਲੈ ਕੇ 7 ਡੇਜ਼ ਦਾ ਗੈਪ, ਫਿਰ ਦੁਬਾਰਾ ਆਪਾਂ 1 ਮੰਥ ਲੈ ਸਕਦੇ ਹਾਂ। ਕੰਸਿਸਟੈਂਟ ਹੀ ਨਹੀਂ ਲੈਣਾ, 7 ਦਿਨ ਦਾ ਗੈਪ ਪਾਉਣਾ ਵਾ ਸਿਰਫ, ਠੀਕ ਹੈ? ਕਿਉਂਕਿ ਆਯੁਰਵੇਦ 'ਚ ਨਾ 2 ਕੈਟਾਗਰੀਜ਼ ਆ ਜਾਂਦੀਆਂ ਨੇ ਇਹ ਚੀਜ਼ਾਂ ਦੀਆਂ, 1 ਆਰ ਰਸਾਇਨਾਸ। ਹੁਣ ਰਸਾਇਨਾਸ ਜਿਹੜੇ ਨੇ, ਰਸਾਇਨਾਸ ਐਸੀ ਚੀਜ਼ ਨੇ ਜਿਹੜੀ ਕਿ ਜਦੋਂ ਵੀ ਆਪਾਂ ਲੈਣੇ ਨੇ ਉਹ ਲਗਾਤਾਰ ਲਿੱਤੇ ਜਾ ਸਕਦੇ ਨੇ, ਜਿਸ ਤਰ੍ਹਾਂ ਕਿ ਆਂਵਲਾ ਹੋ ਗਿਆ, ਗਿਲੋਏ ਹੋ ਗਿਆ, ਅਸ਼ਵਗੰਧਾ ਹੋ ਗਿਆ, ਦੇ ਆਰ ਰਸਾਇਨਾਸ। ਸੋ ਇਸ ਦਵਾਈ ਦੇ ਵਿੱਚ ਤੁਸੀਂ ਕਲੌਂਜੀ, ਜਵੈਣ ਤੇ ਮੇਥਰੇ ਪਾਏ ਸੀ? ਬਿਲਕੁਲ ਜੀ, ਜਵਾਨੀ, ਚੰਦਰਸ਼ੂਰ, ਮੇਥੀ ਤੇ ਮੰਗਰਾਇਲ, 4 ਚੀਜ਼ਾਂ ਪਾਈਆਂ ਸੀ ਜੀ। ਔਰ ਆਪਾਂ 7 ਡੇਜ਼ ਦਾ ਬ੍ਰੇਕ ਦੇਣਾ ਹੈ ਆਫਟਰ ਅ ਮੰਥ, ਦੈਨ ਅਗੇਨ ਇਟ ਕੈਨ ਬੀ ਟੇਕਨ ਫੋਰ ਅ ਮੰਥ, ਦੈਨ ਅਗੇਨ 7 ਡੇ ਬ੍ਰੇਕ। ਇਸ ਤੋਂ ਬਾਅਦ ਚੋਂ ਆਪਾਂ ਆਪਣਾ ਥਾਇਰੋਇਡ ਲੈਵਲ ਚੈੱਕ ਕਰਵਾ ਸਕਦੇ ਹਾਂ, ਇਫ ਇਟਸ ਇੰਪਰੂਵਿੰਗ ਵੈਰੀ ਨਾਈਸਲੀ, ਫਿਰ ਆਪਾਂ ਇਹਦੀ ਡੋਜ਼ ਟੇਪਰ ਡਾਊਨ ਕਰ ਸਕਦੇ ਹਾਂ, ਇਹਨੂੰ ਘਟਾਉਂਦੇ ਘਟਾਉਂਦੇ ਫਿਰ ਆਪਾਂ ਬੰਦ ਕਰਨਾ ਵਾ ਗ੍ਰੈਜੂਅਲੀ। ਜੀ ਜੀ ਜੀ, ਬਹੁਤ ਵਧੀਆ। ਸੋ ਹੋਰ ਵੀ ਜਿਹੜੇ ਮਾਈਗ੍ਰੇਨ ਵਾਸਤੇ ਜੇ ਕਿਸੇ ਨੇ ਪੁੱਛਿਆ ਸੀ, ਉਹਨਾਂ ਨੇ ਵੀ ਦੱਸਿਆ ਕਿ ਯੂ ਨੋ ਉਹਨਾਂ ਨੇ ਡਿਫਰੈਂਸ ਦੇਖਿਆ, ਬਹੁਤ ਕੰਸਿਸਟੈਂਟਲੀ ਸਮਝ ਨਹੀਂ ਆ ਰਹੀ ਸੀ ਉਹਨਾਂ ਨੂੰ, ਬਟ ਇਟ ਵਿਚ ਇਜ਼ ਆਲਵੇਜ਼ ਟਰੂ, ਯੂ ਨੋ ਥੋੜ੍ਹਾ ਟਾਈਮ ਹੋਇਆ ਹੁੰਦਾ ਤਾਂ ਯੂ ਰੀਅਲੀ ਡੋਂਟ ਨੋ ਕਿ ਕਿੰਨਾ ਤੁਹਾਡਾ ਬਾਡੀ, ਨਾਲੇ ਆਈਸੋਲੇਟ ਨਹੀਂ ਕਰ ਸਕਦੇ ਸੀ ਵੀ ਕਿਸ ਚੀਜ਼ ਕਰਕੇ ਇਹ ਚੀਜ਼ ਹੋ ਰਹੀ ਹੈ। ਸੋ ਅਸੀਂ ਐਂਡ ਵਿੱਚ ਮੈਨੋਪੌਜ਼ ਦੇ ਬਾਰੇ ਗੱਲ ਕਰ ਰਹੇ ਸੀ, ਸੋ ਆਈ ਐਮ ਸੋ ਗਲੈਡ ਦੈਟ ਡਾਕਟਰ ਮੋਨਿਕਾ ਇਜ਼ ਹੇਅਰ, ਹੂ ਇਜ਼ ਅ ਸਪੈਸ਼ਲਿਸਟ ਫਰਟੀਲਿਟੀ, ਉਹਦੇ ਵਿੱਚ ਵੀ ਵਿਮੈਨ ਫਰਟੀਲਿਟੀ ਦੇ ਵਿੱਚ ਵੀ ਤੁਸੀਂ ਸਪੈਸ਼ਲਾਈਜ਼ ਕੀਤਾ ਹੋਇਆ, ਸੋ ਡੈਫੀਨੇਟਲੀ ਯੂ ਨੋ ਉਹਦੇ ਬਾਰੇ ਅਸੀਂ ਤੁਹਾਡੇ ਤੋਂ ਜਾਣ ਸਕਦੇ ਹਾਂ। ਡਾਕਟਰ ਸਾਹਿਬ ਥੈਂਕ ਯੂ ਸੋ ਮੱਚ, ਮੈਂ ਪਰਸਨਲੀ ਉਹਦੇ ਬਾਅਦ ਆਫਟਰ ਸਿਟਿੰਗ ਵਿਦ ਯੂ ਆਯੁਰਵੇਦ ਦੇ ਬਾਰੇ ਜ਼ਿਆਦਾ ਪੜ੍ਹਨਾ ਅਤੇ ਯੂ ਨੋ
kind of research shuru kiti and I'm quite impressed which Nahi, is really good ji which looks bad kyunki you know we have this old tradition and sada us wal inna zyada dhyan nahi kiya pehle so but thanks to you ke tusi you know sanu introduce kita ayurved nu dobara normal lokan tikan leke jaan ch jas da bada vadhiya yogdan hai ji routine ch main jas te aana wa and I try ki dassya jave lokan nu and when people follow these things it gives real immense pleasure ji bahut vadhiya lagda va and thanks to so jasda ji ki ode madhyam nal apa lokan nu das panne ha dobara apni is traditional jehdi pathi hai ede nal dobara lokan nu apa jod panne ha ji 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 doctor sahab do teen cheezan dimag ch aa rahi hai ek ta lifestyle tusi keh jive ayurveda is more lifestyle so is yoga ek ta janna chahwange ki oda relationship ki hai but before that main doctor monica I'm so happy because mere kol bade bande aunde hain jehde ke who are very concerned about their you know having kids and even before marriage they're thinking about ke will it be fine mainu periods theek nahi aa rahe will it be okay mera you know ek jehdi apprehension kudiyan nu hundi hai so tusi zarur mainu dasso ke what will you tell a young girl ke if it is you know vyah nahi hoya hoya par conscious hundi ho kis tarah diyan कुछ सोच सकती है या कर सकती है जिदे करके वो थोड़ा एट पीस होए बिफोर शी नोज देयर इज अ प्रॉब्लम देखो मैं पिछली बार भी जो लाइव होया सी हां जी थोड़ा एक्सप्लेन कीता सी कि जड़ा बेसिक रीजन कुड़ियां दे विच रहंदा है वो पीसीओडी जड़ा आजकल की बहुत कॉमन होया आया ना ड्यू टू दरिया उना दी डाइटरी डेफिशिएंसीज ने उना करके ते इस विच अगर असी योगा दी गल करिए ता बेस्ट कपालभाति है क्योंकि बॉडी दे विच असी आयुर्वेदा दे हिसाब नाल अगर चलदे हां तो बॉडी विच पित्त दोष बहुत घट होया हुंदा है और कपाल भाती एक ऐसी योगा है जिहड़ी बॉडी दे विच पित्त दोष नूं इनक्रीज करती है सो अगर उन्हां दी बॉडी इस लायक है कि वह डेली 15 मिनट्स सवेरे पहला एक टाइम शुरू कर लैन कपाल भाती कर सकदियां ने फिर वह सवेरे शाम दो टाइम भी कर सकदियां ने जी आई एम श्योर स्लोली ग्रेजुअली उन्हां दे जिहड़े मेंस्ट्रुअल इररेगुलैरिटीज या उन्हां दे जिहड़े भी प्रॉब्लम्स ने या लेटर ऑन जिहड़ी वध के इनफर्टिलिटी भी कन्वर्ट हो सकती है वह भी सारा कुछ चैक हो सकता है अगर वह कपाल भाती इन रूटीन करन ओह वंडरफुल सो डॉक्टर साहब लगता है थानू कि वैसे मैं लगता है व्हेन वी वर यंग यंग एज जिहड़े इशूज है हमेशा तो रहे इट्स नथिंग न्यू बट डू यू थिंक इट हैज इनक्रीज्ड विद द जिस तरह डॉक्टर मोनिका ने कहा कि कुड़ियां डाइट डिफरेंट ला रही ने घट खा रही ने एक यू नो फिजिकल कॉन्शियसनेस साड़ी बड़ी ज्यादा वधी हुई है सो उस चक्कर थोड़ा वधिया एक्चुअली ये सारी दी सारी चीजें वायु नु वधांदियां ने देखो आयुर्वेद वात पित्त कफ दी कॉन्सेप्ट दे हिसाब दे नाल चलदा होया और एक्सेसिव डाइटिंग नाल और टाइम से ना सोन करके बहुत स्ट्रेस लैन करके लाइफस्टाइल खराब होने करके वायु बहुत वध रही है जो वायु वधेगी तो नैचुरल जी गल है आयुर्वेद क्योंकि वात पित्त कफ तीन दोषों की गल कर रहे हैं एक दोष जो वधदा वै दूजा दोष घटने के चांसिस बहुत वध जाते हैं फिर वायु जो वह जो वधदा वै तो पित्त नूं घटा दिंदा वै जो सिमटम्स ने अज की डेट अगर तुम यंग फीमेल्स नूं देखते हो पहले नालों चिड़चिड़ापन वध्या वै कितें ना कितें यह भी वायु के वधन करके ही है तो पित्त जिहड़ा कि दोष फीमेल से चाहिए हुण पित्त कितें नाल मिलदा जी पित्त मिलता वै अगर आप सवेरे सो के उठन की गल करिए टाइम सिर उठना अर्ली टू बैड दैन अगर आप डाइट की गल करिए पुराने टाइम से जिहड़ियां नानियां दादियां सी अलसी की पिनियां खवांदियां सी फ्लैक्सीड ऑयल यूज किया जाता सी अज तुसी किसे नूं कह के देखो तो फीमेल कहेगी ना जी ना मैं अलसी खा जावां ना एंड दैट इज़ वाई क्योंकि पित्त नूं वधाउण वाली डाइट जिहड़ी आप त्याग दित्ती है बिल्कुल ही और वायुवर्धक चीज़ा आप खा रहे हैं ईवन जो आप एक्सैसिव सैलड्स भी लैने हालांकि सैलड्स चंगे होंगे ने बॉडी वास्ते लेकिन बहुत सैलड्स खा रहे हैं डाइट की जगह पर खाई सैलड्स जा रहे हैं उसके नाल अल्टीमेटली क्या होएगा वायु वधेगा वायु वधेगा पित्त घटेगा और जेडे पित्त दे करके जेडे नॉर्मल एक गायनेकोलॉजिकल साइकिल है वह जो मेनटेनड है वो डिस्टर्बेंसिस भी आदि ने पीसीओडी होने के चांसिस भी बढ़ जाते हैं और कपाल भाती बहुत वधिया रोल प्ले करती है तुसी एक्रोनिम्स यूज कर रहे हो व्हाट इज इट फॉर की वज जांदा वायु वज जांदा जी वायु वज जांदा वै और पित्त कट जांदा वै वात पित्त और कफ ए तीन बेसिक दोषास ने साडी बॉडी नु जड़े की धारण करवांदे ने हुन बड़ी बड़ी लोग पुछदे ने मैनू वायु है की जी दिखाओ किथे है वायु पित्त की है हुन आज दी रेट च आपां देखो जड़े नॉर्मल लैब इन्वेस्टिगेशनस आपां करवाने आ HB TLC DLC हुन ए सारियां दे सारियां लैब इन्वेस्टिगेशनस साडे वास्ते कॉमन हो गईयां ने आपां सुनिया हुंदा वै बट अगर मैं किसी ने कहां मैं HB दिखाओ जी अपना तुहाडा HB कित्थे है दिखा थोड़ा ना सकते ने लैब टेस्ट के उपर आ सकता वै ऐसे तरीके दे नाल जिहड़े साडे एंशियंट सी
ਉਹਨਾਂ ਨੇ ਸਾਡੀ ਬੋਡੀ ਦੇ ਸਾਰੇ ਕੈਮੀਕਲਸ ਨੂੰ ਤਿੰਨ ਹਿੱਸਿਆਂ 'ਚ ਵੰਡ ਦਿੱਤਾ, ਵਾਯੂ ਗਰੁੱਪ ਆਫ ਕੈਮੀਕਲਸ, ਪਿੱਤ ਗਰੁੱਪ ਆਫ ਕੈਮੀਕਲਸ। ਪਿੱਤ ਸਟੈਂਡਸ ਫੋਰ ਬੋਡੀ ਹਾਰਮੋਨਸ, ਬੋਡੀ ਮੈਟਾਬੋਲਿਕ ਫਾਇਰਸ ਐਂਡ ਆਲ, ਪਿੱਤ ਗਰੁੱਪ ਆਫ ਕੈਮੀਕਲਸ ਐਂਡ ਕਫ ਗਰੁੱਪ ਆਫ ਕੈਮੀਕਲਸ। ਇਹ ਤਿੰਨ ਗਰੁੱਪ ਆਫ ਕੈਮੀਕਲਸ ਸਾਡੀ ਬੋਡੀ ਦੇ ਮੇਨ ਕੈਮੀਕਲਸ ਜਿਹੜੇ ਨੇ ਕਲੱਬ ਕਰਤੇ ਗਏ ਔਰ ਬੋਡੀ ਦੀ ਸਾਰੀ ਡਿਜ਼ੀਜ਼ ਨੂੰ ਇਹਨਾਂ ਕੈਮੀਕਲਸ ਨਾਲ ਜੋੜ ਕੇ ਜਿਹੜਾ ਵਾ ਸਾਨੂੰ ਸਿਖਾ ਦਿੱਤਾ ਗਿਆ। ਦੈਟ ਮੇਕਸ ਅਰ ਵਰਕ ਵੈਰੀ ਈਜ਼ੀਅਰ। ਆਪਾਂ ਅਗਰ ਕਿਸੇ ਨੂੰ ਠੀਕ ਕਰਨਾ, ਆਪਾਂ ਵਾਯੂ ਗਰੁੱਪ ਆਫ ਕੈਮੀਕਲਸ, ਪਿੱਤ ਗਰੁੱਪ ਆਫ ਕੈਮੀਕਲਸ ਅਤੇ ਕਫ ਗਰੁੱਪ ਆਫ ਕੈਮੀਕਲਸ ਬੈਲੈਂਸ ਕਰਨਾ ਬੇਸਿਕਲੀ। ਬਿਲਕੁਲ। ਸੋ ਜਿਹੜਾ ਘਟਿਆ ਹੈ ਵਧਿਆ ਹੈ, ਐਂਡ ਜਿਸ ਤਰ੍ਹਾਂ ਤੁਹਾਡੇ ਗੱਲ ਤੋਂ ਸਮਝ ਆ ਰਹੀ ਹੈ ਕਿ ਇੱਕ ਇੱਕ ਪਰਟੀਕੁਲਰ ਅਮਾਊਂਟ ਹੈ ਔਰ ਇੱਕ ਘਟੇਗਾ ਤਾਂ ਦੂਜਾ ਵੱਧ ਜਾਏਗਾ, ਬਿਲਕੁਲ ਥੋੜ੍ਹਾ ਇੰਬੈਲੈਂਸ ਹੋ ਰਿਹਾ। ਸੋ ਬਹੁਤ ਸਾਰੀ ਇੰਟਰਸਟਿੰਗ ਚੀਜ਼ਾਂ ਹੈ ਜਿਹੜੀਆਂ ਕਿ ਜਾਣਨ ਨੂੰ, ਅੰਡਰਸਟੈਂਡ ਕਰਨ ਨੂੰ, ਯੂ ਨੋ ਚਾਹੋਕ ਹੈਗੇ ਹਾਂ ਅਸੀਂ ਸਾਰੇ ਹੀ। ਕਾਲਸ ਆਉਣੀਆਂ ਸ਼ੁਰੂ ਹੋ ਗਈਆਂ, ਬਟ ਉਸ ਤੋਂ ਪਹਿਲੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ। ਡੂ ਨਾਟ ਗੋ ਐਨੀਵੇਅਰ ਐਂਡ ਕੀਪ ਕਾਲਿੰਗ, ਵਿਲ ਜੁਆਇਨ ਯੂ ਆਫਟਰ ਦ ਬ੍ਰੇਕ। ਵੈਲਕਮ ਬੈਕ, ਸਾਰਿਆਂ ਦਾ ਫਿਰ ਸਵਾਗਤ ਹੈ। ਲੈਟਸ ਗੋ ਰਾਈਟ ਟੂ ਦ ਪੁਆਇੰਟ, ਕਿਉਂਕਿ ਅਸੀਂ ਦੋਸ਼ਾਂ ਬਾਰੇ ਗੱਲ ਕਰ ਰਹੇ ਸੀ ਸਭ ਤੇ। ਯੋਗਾ ਵੀ ਆਈ ਹਰਡ ਦੇ ਸੋ ਮਚ ਆਫ, ਹੁਣ ਯੋਗਾ ਦੀ ਬੜੀ ਗੱਲ ਹੁੰਦੀ ਹੈ ਵੈਸਟਰਨ ਵਰਲਡ 'ਚ ਵੀ, ਅਤੇ ਯੋਗਾ ਹਾਰਮੋਨਾਈਜ਼ਿੰਗ ਦੀ ਗੱਲ ਕਰ ਰਹੇ ਹਾਂ, ਸੋ ਹਾਊ ਆਰ ਦੇ, ਆਰ ਦੇ ਰਿਲੇਟਡ ਇਨ ਐਨੀ ਵੇ ਜਾਂ ਇਜ਼ ਇਟ ਅ ਲਾਈਫ ਸਟਾਈਲ, ਵਾਟ ਡੂ ਯੂ ਥਿੰਕ ਅਬਾਊਟ? ਦੇ ਆਰ ਡੈਫੀਨੇਟਲੀ ਰਿਲੇਟਡ ਜੀ, ਕਿਉਂਕਿ ਦੇਖੋ ਯੋਗਾ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹਾਂ, ਯੋਗਾ ਦੇ ਬਾਰੇ 'ਚ ਕਿਹਾ ਜਾਂਦਾ, ਯੋਗ ਚਿੱਤ ਵਰਿੱਤੀ ਨਿਰੋਧ ਹੈ। ਯੋਗ ਚਿੱਤ ਦੀ ਵਰਿੱਤੀਆਂ ਨੂੰ ਜਿਹੜਾ ਅਵਰੋਧ ਕਰਦੀ ਹੈ ਚੀਜ਼, ਉਹ ਕਹਿੰਦੇ ਆ। ਔਰ ਯੋਗਾ ਦੇ ਅੱਗੇ ਪਾਰਟਸ ਆ ਜਾਂਦੇ ਨੇ, ਯਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰਨਾ, ਧਿਆਨ, ਸਮਾਧੀ। ਇਹ ਯੋਗਾ ਦੇ ਪਾਰਟਸ ਨੇ ਸਾਰੇ ਦੇ ਸਾਰੇ। ਔਰ ਯੋਗਾ ਇੱਕ ਐਸੀ ਪ੍ਰਕਿਰਿਆ ਹੈ ਜਿਹਨੂੰ ਅਗਰ ਅੱਛੇ ਤਰੀਕੇ ਨਾਲ ਫੋਲੋ ਕੀਤਾ ਜਾਏ, ਬਿਨਾਂ ਡਾਇਟ ਤੋਂ, ਬਿਨਾਂ ਕਿਸੇ ਚੀਜ਼ ਤੋਂ, ਰੈਗੂਲਰ ਯੋਗਾ ਕਰਨ ਵਾਲੇ ਵਿਅਕਤੀ ਦੇ ਵਾਯੂ, ਪਿੱਤ ਔਰ ਕਫ, ਇਹਦਾ ਇੰਬੈਲੈਂਸ ਆਪਣੇ ਆਪ ਦੂਰ ਰਹਿੰਦਾ ਵਾ। ਔਰ ਇਟ ਨੈਚੁਰਲੀ ਜਿਹੜਾ ਵਾ ਨੋਰਮਲਾਈਜ਼ ਆਲ ਦੀਸ ਦੋਸ਼ਾਸ। ਔਰ ਯੋਗਾ 'ਚ ਵੀ ਜਿਹੜਾ ਮੇਰਾ ਫੇਵਰੇਟ ਰਹਿੰਦਾ ਵਾ, ਜਿਹਦੇ ਬਾਰੇ ਮੈਂ ਸਾਰਿਆਂ ਨੂੰ ਕਹਿੰਦਾ ਵਾਂ, ਦੈਟ ਇਜ਼ ਪ੍ਰਾਣਾਯਾਮਸ, ਗੋ ਫੋਰ ਪ੍ਰਾਣਾਯਾਮਸ। ਆਪਾਂ ਲੋਕ ਜਨਰਲੀ ਯੋਗਾ 'ਚ ਜਿਹੜੇ ਨੋਰਮਲ ਆਸਨਸ ਨੇ, ਸਰੀਰ ਵਾਲੇ ਆਸਨ, ਉਹਨਾਂ ਉੱਪਰ ਜ਼ਿਆਦਾ ਦੇਖਦੇ ਹਾਂ। ਮੈਂ ਕਿਸੇ ਨੂੰ ਕਹਾਂਗਾ ਜੀ ਤੁਸੀਂ ਯੋਗਾ ਕਰਨੀ ਹੈ, ਪ੍ਰਾਣਾਯਾਮ ਕਰਨਾ, ਉਹਨੂੰ ਕਹੇਗਾ ਸਰ ਮੈਂ ਤਾਂ ਉਸ ਵੇਲੇ ਆਫਿਸ 'ਚ ਹੁੰਦਾ ਵਾਂ। ਦੇਖੋ ਪ੍ਰਾਣਾਯਾਮ ਕਰਨੇ ਹੈ, ਪ੍ਰਾਣਾਯਾਮਸ ਕਰਨੇ ਹੈ, ਇਹਦੇ 'ਚ ਕੋਈ ਨੈਸੈਸਰੀ ਨਹੀਂ ਕਿ ਪ੍ਰਾਣਾਯਾਮ ਆਪਾਂ ਚੌਂਕੜੀ ਮਾਰ ਕੇ ਬਹਿ ਕੇ ਕਰਨਾ। ਰਾਈਟ ਨਾਓ ਵੀ ਆਰ ਸਿਟਿੰਗ ਔਨ ਆਰ ਚੇਅਰਸ ਐਂਡ ਵੀ ਕੈਨ ਡੂ ਪ੍ਰਾਣਾਯਾਮ, ਇੱਥੇ ਵੀ ਪ੍ਰਾਣਾਯਾਮ ਕਰ ਸਕਦੇ ਹਾਂ। ਦੇਖੋ ਪ੍ਰਾਣਾਯਾਮ 'ਚ ਅਨੁਲੋਮ ਵਿਲੋਮ ਇਜ਼ ਦਾ ਮੋਸਟ ਈਜ਼ੀਐਸਟ ਪ੍ਰਾਣਾਯਾਮ, ਜੇ ਤੁਸੀਂ ਇੱਕ ਨੋਸਟਰਲ 'ਚੋਂ ਸਾਹ ਨੂੰ ਲੰਬਾ ਅੰਦਰ ਖਿੱਚਣਾ ਵੈ, ਫਿਰ ਦੂਸਰੇ ਨੋਸਟਰਲ 'ਚੋਂ ਸਾਹ ਨੂੰ ਲੰਬਾ ਜਿਹੜਾ ਵੈ ਉਹ ਬਾਹਰ ਛੱਡਣਾ ਵੈ। ਇਹਨੂੰ ਆਪਾਂ ਕਹਿੰਦੇ ਹਾਂ ਕੁੰਭਕ, ਪੂਰਕ ਔਰ ਰਿਚਕ। ਕੁੰਭਕ, ਪੂਰਕ, ਰਿਚਕ, ਜਦੋਂ ਆਪਾਂ ਸਾਹ ਅੰਦਰ ਨੂੰ ਖਿੱਚ ਰਹੇ ਹਾਂ ਇਹਨੂੰ ਕਹਿੰਦੇ ਕੁੰਭਕ ਕਰਨਾ। ਪੂਰਕ ਮਤਲਬ ਜਦੋਂ ਸਾਹ ਆਪਾਂ ਅੰਦਰ ਰੋਕਿਆ ਆਇਆ ਆਪਣਾ, ਔਰ ਰਿਚਕ ਮਤਲਬ ਜਦੋਂ ਆਪਾਂ ਸਾਹ ਛੱਡ ਰਹੇ ਹਾਂ। ਇਨਫੈਕਟ ਜਿੰਨੇ ਵੀ ਆਸਨ ਸਾਨੂੰ ਦੱਸੇ ਜਾਂਦੇ ਨੇ, ਚਾਹੇ ਕੋਈ ਵੀ ਆਪਾਂ ਆਸਨ ਕਰ ਰਹੇ ਹਾਂ, ਚਾਹੇ ਅਰਧ ਮਤਸਿੰਦਰ ਆਸਨ ਹੈ, ਪਵਨ ਮੁਕਤ ਆਸਨ ਹੈ, ਸ਼ਵ ਆਸਨ ਹੈ, ਯੋਗਾ ਦੇ ਹਰ ਆਸਨ ਦੇ ਨਾਲ ਜੁੜਿਆ ਹੋਇਆ ਬਰੀਦਿੰਗ ਪੈਟਰਨ ਹੈ ਜਿਹੜਾ ਕਿ ਮੋਸਟ ਇੰਪੋਰਟੈਂਟ ਹੈ, ਜਿਹੜਾ ਆਪਾਂ ਲੋਕ ਭੁੱਲ ਜਾਂਦੇ ਹਾਂ। ਫੋਰ ਐਗਜ਼ਾਮਪਲ ਅਗਰ ਆਪਾਂ ਪਵਨ ਮੁਕਤ ਆਸਨ ਕਰ ਰਹੇ ਹਾਂ, ਇਹ ਬੜਾ ਜ਼ਰੂਰੀ ਹੈ ਕਿ ਆਸਨ ਕਰਦੇ ਹੋਏ ਆਪਾਂ ਇਹ ਧਿਆਨ ਦੇਈਏ ਕਿ ਕਿਸ ਵੇਲੇ ਲੰਬਾ ਸਾਹ ਅੰਦਰ ਖਿੱਚਣਾ ਵੈ, ਕਿਸ ਵੇਲੇ ਸਾਹ ਨੂੰ ਰੋਕਣਾ ਵੈ, ਔਰ ਕਿਸ ਵੇਲੇ ਸਾਹ ਨੂੰ ਛੱਡਣਾ ਵੈ। ਉਹ ਸਭ ਤੋਂ ਇੰਪੋਰਟੈਂਟ ਚੀਜ਼ ਹੈ, ਉਹਨੂੰ ਆਪਾਂ ਮਿਸ ਕਰ ਜਾਂਦੇ ਹਾਂ, ਦੈਟ ਇਜ਼ ਅ ਰੋਂਗ ਥਿੰਗ। ਔਰ ਪ੍ਰਾਣਾਯਾਮ ਦੀ ਅਗਰ ਆਪਾਂ ਗੱਲ ਕਰ ਰਹੇ ਹਾਂ, ਅਨੁਲੋਮ ਵਿਲੋਮ ਤੋਂ ਆਪਾਂ ਸ਼ੁਰੂ ਹੁੰਦੇ ਹਾਂ, ਜਿਹੜਾ ਕਿ ਸਭ ਤੋਂ ਈਜ਼ੀਐਸਟ ਪ੍ਰਾਣਾਯਾਮ ਹੈ, ਜਿਹਨੂੰ ਕਿ ਨਿਰਦੋਸ਼ ਪ੍ਰਾਣਾਯਾਮ ਕਿਹਾ ਜਾਂਦਾ ਵੈ। ਅਨੁਲੋਮ ਵਿਲੋਮ ਕੋਈ ਵੀ ਕਰ ਸਕਦਾ ਵੈ ਬਿਨਾਂ ਕਿਸੇ ਹਾਰਮ ਤੋਂ। ਅਨੁਲੋਮ ਵਿਲੋਮ ਤੋਂ ਬਾਅਦ ਜਿਹੜਾ ਸੈਕਿੰਡ ਪ੍ਰਾਣਾਯਾਮ ਇੰਪੋਰਟੈਂਟ ਹੈ, ਦੈਟ ਇਜ਼ ਕਪਾਲਭਾਤੀ। ਰਾਮਦੇਵ ਜੀ ਨੇ ਜਿਹਨੂੰ ਸਭ ਤੋਂ ਜ਼ਿਆਦਾ ਫੇਮਸ ਕੀਤਾ ਵੈ, ਸਵਾਮੀ ਰਾਮਦੇਵ ਜੀ ਨੇ, ਐਂਡ ਅ ਥੈਂਕਸ ਟੂ ਹਿਮ ਕਿ ਉਹਨਾਂ ਨੇ ਕਪਾਲਭਾਤੀ ਨੂੰ ਘਰ ਘਰ 'ਚ ਪਹੁੰਚਾਇਆ ਵੈ। ਕਪਾਲਭਾਤੀ ਇੱਕ ਬਹੁਤ ਅੱਛਾ ਪ੍ਰਾਣਾਯਾਮ ਹੈ ਜਿਹਦੇ 'ਚ ਆਪਾਂ ਫੋਰਸਫੁਲ ਐਕਸਪੀਰੇਸ਼ਨ ਕਰਨਾ, ਸਾਹ ਨੂੰ ਲੰਬੇ ਤੌਰ ਨਾਲ ਬਾਹਰ ਸੁੱਟਣਾ ਵੈ ਜੀ, ਬਾਹਰ ਤੇਜ਼ ਸੁੱਟਣਾ ਵੈ। ਬੜੀ ਵਾਰੀ ਲੋਕ ਕਨਫਿਊਜ਼ ਹੋ ਕੇ ਜਾਂ ਉਹ ਬੜੇ ਵਿੱਚ ਆਉਂਦਾ ਕਿ ਮੈਂ ਗਲਤ ਕਰਦਾ ਰਿਹਾ ਜਾਂ ਕੁਝ, ਉਹ ਗਲਤ ਕਿਵੇਂ ਹੋ ਸਕਦਾ ਹੈ? ਬਿਕੋਜ਼ ਗਲਤ ਇਸ ਤਰੀਕੇ ਨਾਲ ਹੋ ਸਕਦਾ ਜੀ, ਲੋਕੀ ਕਪਾਲਭਾਤੀ ਤੇ ਭਸਤ੍ਰਿਕਾ ਇਹਨਾਂ ਨੂੰ ਮਿਕਸ ਕਰ ਜਾਂਦੇ ਨੇ। ਕਪਾਲਭਾਤੀ ਕੀ ਹੈ? ਸਾਹ ਨੂੰ ਲੰਬਾ ਬਾਹਰ ਸੁੱਟਣਾ ਵੈ, ਲੇਕਿਨ ਲੈਣਾ ਨੋਰਮਲ ਹੀ ਹੈ, ਦਿਸ ਇਜ਼ ਕਪਾਲਭਾਤੀ। ਲੰਬਾ ਸਾਹ ਛੁੱਟੋ, ਲਵੋ ਨੋਰਮਲ ਬਰੀਥਿੰਗ ਪੈਟਰਨ 'ਚ, ਠੀਕ ਹੈ। ਐਂਡ ਭਸਤ੍ਰਿਕਾ, ਭਸਤ੍ਰਿਕਾ ਹੈ ਕਿ ਸੁੱਟੋ ਵੀ ਤੇਜ਼ ਔਰ ਖਿੱਚੋ ਵੀ ਤੇਜ਼। ਸੋ ਦੇ ਮਿਕਸ ਕਪਾਲਭਾਤੀ ਵਿਨ ਭਸਤ੍ਰਿਕਾ। ਔਰ ਜਿਹੜੀ ਭਸਤ੍ਰਿਕਾ ਹੈ, ਭਸਤ੍ਰਿਕਾ ਲੰਗਸ ਦੀ ਐਕਸਰਸਾਈਜ਼ ਹੈ, ਕਪਾਲਭਾਤੀ ਪੇਟ ਦੀ ਐਕਸਰਸਾਈਜ਼ ਹੈ। ਜਠਰਾਗਨੀ ਨੂੰ ਵਧਾਉਂਦੀ ਹੈ, ਡਾਇਜੈਸਟਿਵ ਫਾਇਰ ਨੂੰ ਇਨਕਰੀਜ਼ ਕਰਦੀ ਹੈ, ਮੈਟਾਬੋਲਿਕ ਫਾਇਰ ਨੂੰ ਇਨਕਰੀਜ਼ ਕਰਦੀ ਹੈ, ਔਰ ਬਹੁਤ ਸਾਰੀ ਬਿਮਾਰੀਆਂ 'ਚ ਬਚਾਉਂਦੀ ਹੈ। ਸੋ ਕਪਾਲਭਾਤੀ ਸਿਰਫ ਲਾਤ ਸਾਹ ਨੂੰ ਤੁਸੀਂ ਤੇਜ਼ ਸੁੱਟਣਾ ਹੈ, ਖਿੱਚਣਾ ਨਹੀਂ ਹੈ ਤੇਜ਼ ਨੂੰ।
एंड भस्त्रिका च सुटना भी तेज है खिंचना भी तेज है एंड दैन द बैलेंसिंग प्राणायाम जिहड़ा मैं लास्ट टाइम भी इत्थे गल कीती सी बैलेंसिंग प्राणायाम है जी शीतलीकरम एंड शीतकारनी जिहदे च टंग रोल करके लंबी टंग बाहर कढ़ के लंबा साह अंदर खिंचना जी इस तरीके नाल देखो लंबा साह अंदर खिंचा टंग नूं रोल करके दिस विल हैल्प इन बैलेंसिंग अदर प्राणायाम्स क्योंकि यह शरीर च गर्मी नहीं बदन देगा जिस तरह तुसीं मेरे को क्वेश्चन किया कि वो जड़े ने चतुर बीज खा रहे ने गर्मी तो नहीं हो जाएगी कोई आयुर्वेदिक दवाई गर्मी तो नहीं कर देगी उस बेस्ट है तो उन्होंने कभी भी यह डाउट हो जाता वै कि आयुर्वेदिक दवाई गर्मी कर देगी इमीडिएटली तुसीं 5 मिनट तो 10 मिनट जिहड़ा वै शीतलीकरण करना शुरू कर दो इस तरीके नाल रोल द टंग एंड टेक अ डीप ब्रैथ इन साइड बहुत आइडिया चलो बिल्कुल छड़ना नॉर्मली छड़ना आपा नॉर्मल स्पीड पे तो शीतलीकरण बहुत वधिया चीज है देन देयर इज ब्राह्मणी ब्लड प्रेशर वास्ते भी दस्या बिल्कुल जी बिल्कुल थानू याद है बड़ी अच्छी गल है जी ब्लड प्रेशर वास्ते बहुत अच्छा प्राणायाम है शीतलीकरण है जरूर करना चाहिए जी सो डॉक्टर मोनिका इवन एक कहते हैं ना कि जिनमें इम्बैलेंस हार्मोनाइजिंग ये सब दोनों चीज़ा ही वो कर रही ने स्पेशली एज दे विच विमेन दे सोचिए तो प्यूबर्टी तो मीनोपॉज दोनों विच हार्मोनल इम्बैलेंस बड़ा वो होंगे सो स्पेशली स्पीकिंग अबाउट मीनोपॉज डू यू थिंक दिस सम एक्सरसाइज जी कि यू नो बंदा घर कर सकता एंड फील बैटर अबाउट इट बिल्कुल जी जिहड़े मेनोपॉज़ दी गल करिए उहदे विच पेल्विक मसल्स लूज हो जांदियां ने और एक फीमेल नूं इस तरह की फीलिंग आती है एज इफ समथिंग इज ड्रैगिंग डाउन अच्छा तो उन्हां नूं इह प्रॉब्लम बड़ियां फीमेल्स नूं इह हाँ प्रॉब्लम आती है उन्हों कंट्रोल करन लई असी मूलबंद बोलते हैं असी वो रेकमेंड करते हैं जिन्हों नॉर्मल लैंग्वेज कीगल्स एक्सरसाइज सेम है यह पेल्विक मसल की एक्सरसाइज है और अगर उन्हों रूटीन करन गया तो अगे जाके जड़ियाँ इनिया ज़्यादा एग्रीवेटिड स्टेज आती है जिस तरह की प्रोलैप्स होंगे जिद वास्ते उन्होंने सर्जरीज वाल जाना पैंदा और जो सर्जरी करवा भी लेंदे ने सर्जन और बाद विच यू नो जो ओ टी चो बाहर आते हैं उन्होंने यही कहें कि तुम कीगल्स एक्सरसाइज करो तो वाई नॉट पहली स्टेज पर ही करनी चाहिए ताकि उस स्टेज तक असं पहुँच ही ना पाइए जी जी एंड इट्स रिकमेंडेड इन प्यूबर्टी टू ਜਿਵੇਂ ਕਈ ਯੰਗ ਕੁੜੀਆਂ ਬੜੇ ਸਵਾਲ ਆਉਂਦੇ ਆ ਯਾ ਇਟਸ ਵੈਰੀ ਗੁੱਡ ਈਵਨ ਡਿਲੀਵਰੀ ਤੋਂ ਬਾਅਦ ਅਸੀਂ ਰეკਮੈਂਡ ਕਰਦੇ ਹਾਂ ਕਿਉਂਕਿ ਮਸਲਸ ਲੂਜ਼ ਹੋਈਆਂ ਹੁੰਦੀਆਂ ਨੇ ਮਸਲਸ ਨੂੰ ਟਾਈਟਨ ਅਪ ਕਰਨ ਲਈ ਪੈਲਵਿਕ ਮਸਲਸ ਨੂੰ ਅਸੀਂ ਕੀਗਲ ਐਕਸਰਸਾਈਜ਼ ਹੀ ਗਾਈਡ ਕਰਦੇ ਹਾਂ ਮੋਰ ਓਵਰ ਸਰਕੂਲੇਸ਼ਨ ਨੂੰ ਇੰਪਰੂਵ ਕਰਦੀ ਹੈ ਜੀ ਇਹਦੇ ਨਾਲ ਕੀ ਹੁੰਦਾ ਵੈ ਕਿ ਜਿਹੜੇ ਸਾਡੇ ਜਨਨੇਂਦਰੀਆ ਹੈ ਜਿਹੜਾ ਸਾਡਾ ਅਗਰ ਆਪਾਂ ਯੂਟਰਾਈਨ ਪਾਰਟ ਕਹਿੰਦੇ ਹਾਂ ਓਵਰੀਜ਼ ਦੀ ਗੱਲ ਕਰਦੇ ਹਾਂ ਜਦੋਂ ਆਪਾਂ ਮੂਲ ਬੰਦ ਕਰਦੇ ਹਾਂ ਇਹਦੇ ਨਾਲ ਮਾਈਕਰੋ ਸਰਕੂਲੇਸ਼ਨ ਇਨਕਰੀਜ਼ ਹੁੰਦੀ ਹੈ ਉਸ ਏਰੀਆ ਦੀ ਔਰ ਬੋਡੀ ਦੇ ਹਰ ਸੈੱਲ ਨੂੰ ਮਾਈਕਰੋ ਸਰਕੂਲੇਸ਼ਨ ਦੀ ਲੋੜ ਹੈ ਅਗਰ ਮਾਈਕਰੋ ਸਰਕੂਲੇਸ਼ਨ ਇੱਕ ਏਰੀਆ 'ਚ ਇੰਪਰੂਵਡ ਹੈ ਉਹ ਏਰੀਆ ਬੈਟਰ ਕੰਮ ਕਰ ਸਕਦਾ ਵੈ ਜੀ ਐਂਡ ਸਾਰਿਆਂ ਵਾਸਤੇ ਕੀਗਲ ਐਕਸਰਸਾਈਜ਼ ਮੋਇਨਲੀ ਇਜ਼ ਸਟ੍ਰੈਚਿੰਗ ਦੋਜ਼ ਮਸਲਸ ਐਂਡ ਦੈਨ ਰਿਲੀਵਿੰਗ ਯੂ ਨਾ ਸੋ ਐਂਡ ਬਲੱਡ ਇਸ਼ੂਜ਼ ਵੀ ਜਿਸ ਤਰ੍ਹਾਂ ਮੀਨੋਪੌਜ਼ 'ਚ ਜ਼ਿਆਦਾ ਹੋ ਜਾਂਦੇ ਨੇ ਉਹਦੇ ਨਾਲ ਵੀ ਯੂਰਿਨ ਰਿਟੇਨ ਕਰਨ 'ਚ ਬੜੀ ਪ੍ਰੋਬਲਮ ਆਉਂਦੀ ਹੈ ਮੋਸਟਲੀ ਪ੍ਰੋਬਲਮ ਹੀ ਆਉਂਦੀ ਹੈ ਫੀਮੇਲਸ ਦੀ ਕੰਪਲੇਂਟ ਆਉਂਦੀ ਹੈ ਕਿ ਡਾਕਟਰ ਸਾਹਿਬ ਅਗਰ ਮੈਂ ਟਰੈਵਲਿੰਗ 'ਚ ਹੁੰਦੀ ਹਾਂ ਔਰ ਮੈਨੂੰ ਯੂਰਿਨ ਆ ਰਿਹਾ ਮੇਰੇ ਲਈ ਇਟਸ ਅਨਏਬਲ ਟੂ ਹੋਲਡ ਕਿ ਮੈਂ ਕਿਸ ਤਰ੍ਹਾਂ ਕੀ ਕਰਾਂ ਔਰ ਦਾ ਰੀਜ਼ਨ ਬੇਸਿਕਲੀ ਇਹੀ ਹੈ ਕਿਉਂਕਿ ਮੈਨੋਪੌਜ਼ ਆ ਚੁੱਕਾ ਹੈ ਹਾਰਮੋਨਸ ਡੈਫੀਸ਼ੈਂਸੀ ਹੈ ਉਹਨਾਂ ਦੀ ਜਿਹੜੀ ਪੈਲਵਿਕ ਮਸਲਸ ਲੂਜ਼ ਹੋ ਰਹੀਆਂ ਨੇ ਅਤੇ ਕੀਗਲ ਐਕਸਰਸਾਈਜ਼ ਔਰ ਮੂਲ ਬੰਦ ਜਿਹੜਾ ਕਿ ਬਹੁਤ ਅੱਛਾ ਵੇ ਆਊਟ ਬਹੁਤ ਵਧੀਆ ਜੀ ਲੈਟਸ ਟੇਕ ਸਮ ਕਾਲਸ ਬੜੇ ਵੇਟ ਕਰ ਰਹੇ ਨੇ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਕੌਣ ਬੋਲ ਰਹੇ ਹੋ ਤੇ ਕੀ ਸਵਾਲ ਪੁੱਛੋਗੇ ਦੱਸੋ ਹਾਂ ਮੈਂ ਪਰਮਜੀਤ ਪੰਮੀ ਬੋਲ ਰਹੀ ਹਾਂ ਕੈਲੀਫੋਰਨੀਆ ਤੋਂ ਹਾਂਜੀ ਹਾਂਜੀ ਤੇ ਡਾਕਟਰ ਸਾਹਿਬ ਨੂੰ ਤੇ ਡਾਕਟਰ ਮੋਨਿਕਾ ਦੋਨਾਂ ਨੂੰ ਤੁਹਾਨੂੰ ਵੀ ਸਤਿ ਸ਼੍ਰੀ ਅਕਾਲ ਬਹੁਤ ਸਤਿ ਸ਼੍ਰੀ ਅਕਾਲ ਜੀ ਤੁਸੀਂ ਇਹ ਜਿਹੜਾ ਪ੍ਰੋਗਰਾਮ ਰੱਖਿਆ ਤੇ ਡਾਕਟਰ ਸਾਹਿਬ ਤੁਸੀਂ ਜੋ ਐਕਸਪਲੇਨ ਕਰ ਰਹੇ ਹੋ ਇਹਦੇ ਬਾਰੇ ਕਪਾਲਭਾਤੀ ਉਹ ਤੇ ਅਸੀਂ ਕਰਨੇ ਆ ਕੋਸ਼ਿਸ਼ ਕਰਨੇ ਆ ਠੀਕ ਤਰ੍ਹਾਂ ਕਾਫੀ ਸਾਲਾਂ ਤੋਂ ਤੇ ਇੱਕ ਕੁਐਸਚਨ ਹੈ ਕਿ ਤੁਸੀਂ ਇਹ ਜਿਹੜੇ ਤਿੰਨ ਦੱਸੇ ਨੇ ਵਾਯੂ ਪਿੱਤ ਤੇ ਕਫ ਥੋੜਾ ਜਿਹਾ ਇਹਨਾਂ ਨੂੰ ਐਕਸਪਲੇਨ ਕਰ ਸਕੋਗੇ ਕਿ ਕੀ ਨੇ ਤੇ ਇਹਨਾਂ ਦਾ ਕਿਸ ਤਰ੍ਹਾਂ ਧਿਆਨ ਰੱਖਣਾ ਚਾਹੀਦਾ ਜ਼ਰੂਰ ਜੀ ਜ਼ਰੂਰ ਕਰਦੇ ਵੀ ਮੈਂ ਜ਼ਰੂਰ ਦੱਸਣਾ ਚਾਹਾਂਗਾ ਜੀ ਦੇਖੋ ਵਾਯੂ ਪਿੱਤ ਔਰ ਕਫ ਸਰੀਰ ਦੇ ਤਿੰਨ ਮੇਨ ਦੋਸ਼ਾਸ ਨੇ ਜਿਹਦੇ ਚੋਂ ਵਾਯੂ ਨੂੰ ਨੋਰਮਲ ਆਪਾਂ ਵਾਤ ਵੀ ਕਹਿ ਦਿੰਦੇ ਹਾਂ ਲੋਕੀ ਕਹਿ ਦਿੰਦੇ ਨਾ ਮੇਰਾ ਸਰੀਰ ਵਾਈ ਖੁਰਾ ਵੈ ਇਹਦੇ 'ਚ ਵਾਯੂ ਜਲਦੀ ਵੱਧ ਜਾਂਦੀ ਹੈ ਜਿਨ੍ਹਾਂ ਦੇ ਸਰੀਰ 'ਚ ਸੁਭਾਵਿਕ ਤੌਰ ਤੋਂ ਜਿਹੜੀ ਵਾਯੂ ਹੈ ਉਹ ਜ਼ਿਆਦਾ ਹੁੰਦੀ ਹੈ ਉਹਨਾਂ ਦਾ ਸਰੀਰ ਵਾਈ ਖੁਰਾ ਕਿਹਾ ਜਾਂਦਾ ਵੈ ਪਿੱਤ ਜਿਹੜਾ ਦੋਸ਼ ਹੈ ਪਿੱਤ ਦੋਸ਼ ਬੋਡੀ ਦੀ ਡਾਇਜੈਸਟਿਵ ਫਾਇਰ ਮੈਟਾਬੋਲਿਕ ਫਾਇਰ ਨੂੰ ਦਰਸਾਉਂਦਾ ਵੈ ਲੇਕਿਨ ਜਿਨ੍ਹਾਂ ਦੀ ਪਿੱਤ ਸਰੀਰ 'ਚ ਵੱਧ ਹੁੰਦੀ ਹੈ ਉਹਨਾਂ ਦਾ ਸਰੀਰ ਥੋੜ੍ਹਾ ਜਿਹਾ ਆਪਾਂ ਕਹਿੰਦੇ ਹਾਂ ਜੀ ਕਿ ਗਰਮੀ ਖੋਰਾ ਸਰੀਰ ਹੈ ਔਰ ਕਫ ਦੋਸ਼ ਜਿਹੜਾ ਵੈ
ਕਫ ਦੋਸ਼ ਸਾਡੀ ਬੋਡੀ ਦੇ ਅੰਦਰ ਸਾਡੇ ਇਮਿਊਨ ਸਿਸਟਮ ਨੂੰ ਦਰਸਾਉਂਦਾ ਵੈ, ਲੇਕਿਨ ਜਿਨ੍ਹਾਂ ਦੇ ਸਰੀਰ 'ਚ ਸੁਭਾਵ ਨਾਲ ਕਫ ਪੈਦਾ ਹੁੰਦੀ ਹੈ ਉਹਨਾਂ ਦਾ ਸਰੀਰ ਦਾ ਭਾਰ ਥੋੜ੍ਹਾ ਜ਼ਿਆਦਾ ਹੁੰਦਾ ਵੈ, ਉਹਨਾਂ ਦਾ ਕੋਲੈਸਟਰੋਲ ਜਿਹੜਾ ਵਾ ਦੂਜੇ ਨਾਲੋਂ ਜਲਦੀ ਵੱਧਦਾ ਵੈ, ਡਾਇਬਟੀਜ਼ ਹੋਣ ਦੇ ਜਿਹੜੇ ਚਾਂਸਿਸ ਨੇ ਉਹ ਜ਼ਿਆਦਾ ਰਹਿੰਦੇ ਨੇ। ਇਸ ਕਰਕੇ ਸਾਡੀ ਬੋਡੀ ਟਾਈਪਸ ਵੀ ਕੁਦਰਤ ਨੇ ਸਾਨੂੰ ਦੋਸ਼ਾਂ ਦੇ ਹਿਸਾਬ ਨਾਲ ਦਿੱਤੀਆਂ ਨੇ ਕਿ ਸਾਡਾ ਵਾਈ ਖੋਰਾ ਸਰੀਰ ਹੈ, ਗਰਮੀ ਖੋਰਾ ਸਰੀਰ ਹੈ ਕਿ ਕਫ ਖੋਰਾ ਸਰੀਰ ਹੈ ਸਾਡਾ, ਔਰ ਉਹਦੇ ਅਕੋਰਡਿੰਗ ਹੀ ਦੇਖੋ ਅਗਰ ਆਪਾਂ ਬੈਲੈਂਸ ਰੱਖਣਾ ਚਾਹੁੰਦੇ ਹਾਂ ਆਪਾਂ ਯੋਗ ਕਰ ਸਕਦੇ ਹਾਂ। ਕੁਛ ਸਾਨੂੰ ਕੁਦਰਤ ਨੇ ਚੀਜ਼ਾਂ ਦਿੱਤੀਆਂ ਜਿਹੜੀਆਂ ਤਿੰਨੋਂ ਦੋਸ਼ਾਂ ਨੂੰ ਬੈਲੈਂਸ ਕਰਦੀਆਂ ਨੇ, ਜਿਸ ਤਰ੍ਹਾਂ ਕਿ ਤ੍ਰਿਫਲਾ, ਤ੍ਰਿਫਲਾ 'ਚ ਆਂਵਲਾ, ਹਰੜ ਅਤੇ ਬਹੇੜਾ, ਇਹ ਤਿੰਨ ਚੀਜ਼ਾਂ ਪਈਆਂ ਨੇ। ਚਾਹੇ ਸਾਡਾ ਸਰੀਰ ਵਾਈ ਖੋਰਾ ਵੈ, ਚਾਹੇ ਸਾਡਾ ਸਰੀਰ ਗਰਮੀ ਖੋਰਾ ਵੈ, ਅਤੇ ਚਾਹੇ ਕਫ ਵਾਲਾ ਸਰੀਰ ਹੈ, ਤਿੰਨੋਂ ਹੀ ਕੇਸਿਸ 'ਚ ਤ੍ਰਿਫਲਾ ਇਜ਼ ਅ ਬੈਸਟ ਟੋਨਿਕ, ਅਤੇ ਕੋਸ਼ਿਸ਼ ਕਰੋ ਤ੍ਰਿਫਲਾ ਜ਼ਰੂਰ ਲੈਣਾ ਚਾਹੀਦਾ ਵੈ ਸਾਨੂੰ ਅਗਰ ਨਹੀਂ ਪਤਾ ਸਾਡਾ ਦੋਸ਼ ਕਿਹੜਾ ਵੈ। ਇਸ ਤੋਂ ਇਲਾਵਾ ਨਾ ਸਾਡੀ ਇੱਕ ਮੋਬਾਈਲ ਐਪ ਆਉਂਦੀ ਹੈ ਜੀ ਐਂਡੀ ਕੇਅਰ ਦੇ ਨਾਮ ਦੇ ਨਾਲ ਪਲੇ ਸਟੋਰ 'ਤੇ, ਉਹਦੇ 'ਚ ਮੈਂ ਸਪੈਸ਼ਲ ਇੱਕ ਪਾਇਆ ਹੈ ਫ੍ਰੀ ਆਫ ਕੋਸਟ ਬੋਡੀ ਟਾਈਪ ਡਿਟਰਮੀਨੇਸ਼ਨ, ਉਹਦੇ ਤੁਸੀਂ ਪੁਆਇੰਟਸ ਨੂੰ ਟਿਕ ਮਾਰਕ ਕਰਨਾ ਵੈ, ਉਹਨਾਂ ਪੁਆਇੰਟਸ ਦੇ ਨਾਲ ਤੁਸੀਂ ਆਪਣੇ ਆਪ ਦੇਖ ਲਓਗੇ ਕਿ ਤੁਹਾਡਾ ਸਰੀਰ ਵਾਈ ਖੋਰਾ ਵੈ, ਪਿੱਤ ਖੋਰਾ ਵੈ ਕਿ ਕਫ ਖੋਰਾ ਵੈ, ਉਹਦੇ ਅਕੋਰਡਿੰਗ ਤੁਸੀਂ ਆਪਣੇ ਲਾਈਫ ਸਟਾਈਲ 'ਚ ਛੋਟੇ ਛੋਟੇ ਚੇਂਜਸ ਕਰ ਸਕਦੇ ਹੋ ਤਾਂ ਕਿ ਬਿਮਾਰੀ ਨਾ ਪਾਓ। ਬਹੁਤ ਵਧੀਆ, ਥੈਂਕ ਯੂ ਸੋ ਮਚ ਜੀ। ਤੁਸੀਂ ਕੁਐਸਚਨ ਪੁੱਛਣ ਦਾ, ਮੈਂ ਹੋਰ ਪੁੱਛਦੀ ਹਾਂ ਸਾਰੇ ਕੀ ਪੁੱਛ ਰਹੇ ਨੇ। ਹੈਲੋ, ਹੈਲੋ, ਹਾਂਜੀ ਹਾਂਜੀ, ਨਸੀਬ ਜੀ ਕੀ ਪੁੱਛਦੇ ਹੋ ਅੱਜ? ਹਾਂਜੀ ਮੈਂ ਤਾਂ ਪਹਿਲੀ ਗੱਲ, ਹੈਲੋ, ਹਾਂਜੀ 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 ਸੁਣ ਰਹੇ ਸਾਰੇ। ਜਿਹੜਾ ਗੱਲ ਕਰਨੀ ਸੀ, ਇਹਨਾਂ ਨੇ ਇੱਕ ਦਿਨ ਕੈਂਸਰ ਬਾਰੇ ਦੱਸਿਆ ਸੀ, ਇੰਡੀਆ ਇਹਨਾਂ ਦਾ, ਇੰਡੀਆ ਦਾ ਨੰਬਰ ਵੀ ਕਿੱਥੇ, ਮਤਲਬ ਇੰਡੀਆ ਤੋਂ ਕੁਛ ਵੀ ਕਿੱਥੇ ਜਾ ਨੇੜੇ ਦੇਖੋ ਤੁਸੀਂ ਮੋਗੇ ਤੋਂ ਜੀ, ਸਾਡਾ ਚੰਡੀਗੜ੍ਹ ਅਤੇ ਦਿੱਲੀ ਸੈਂਟਰ ਦੋਨੋਂ ਤੁਹਾਡੇ ਕੋਲ ਪੈਣਗੇ। ਸਾਡੇ ਜਿਹੜੇ ਹੈਲਪਲਾਈਨ ਨੰਬਰ ਜੋ ਉੱਥੇ ਆ ਰਹੇ ਨੇ, ਤੁਸੀਂ ਉਹਨਾਂ ਤੋਂ ਇੰਡੀਆ ਵਾਲਾ ਹੈਲਪਲਾਈਨ ਨੰਬਰ ਵੀ ਲੈ ਸਕਦੇ ਹੋ। ਅਦਰਵਾਈਜ਼ ਮੈਂ ਤੁਹਾਨੂੰ ਬੋਲ ਸਕਦੇ ਹਾਂ ਕਿਹੜਾ ਹੈਲਪਲਾਈਨ ਨੰਬਰ ਤੇ ਕਰੀਏ। ਮੈਂ ਇੰਡੀਆ ਦਾ ਹੈਲਪਲਾਈਨ ਨੰਬਰ ਸਾਡਾ ਹੈ ਜੀ 7307032211, 730 ਮੈਂ ਤਿੰਨ ਨੰਬਰ ਇੰਡੀਆ ਦਾ ਜੇ ਉਹਨਾਂ ਦੇ ਵੀ ਲੁਧਿਆਣੇ ਦਾ, ਲੁਧਿਆਣੇ ਵੀ ਜਾ ਸਕਦੇ ਆ। ਹਾਂ ਹਾਂ, ਤੁਹਾਨੂੰ ਜਿਹੜਾ ਕੋਲ ਪਏਗਾ ਜੀ ਚੰਡੀਗੜ੍ਹ ਔਰ ਅੰਮ੍ਰਿਤਸਰ, ਦੋ ਸਾਡੇ ਸੈਂਟਰਸ ਮੋਗੇ ਦੇ ਕੋਲ ਪੈਂਦੇ ਨੇ, ਤੁਸੀਂ ਉਹਨਾਂ ਦੋਨਾਂ 'ਚੋਂ ਇੱਕ ਸੈਂਟਰ 'ਤੇ ਜਾ ਸਕਦੇ ਹੋ। ਉੱਥੋਂ ਦਾ ਨੰਬਰ ਹੈ 7307032311, ਇੰਡੀਆ ਦਾ ਕੋਡ ਅੱਗੇ ਤੁਸੀਂ ਲਗਾ ਲੈਣਾ ਜੀ +91। ਬਹੁਤ ਵਧੀਆ ਨਸੀਬ ਜੀ, ਜ਼ਰੂਰ ਤੁਸੀਂ ਪਿੱਛੇ ਕਰਕੇ ਨੰਬਰ ਲੈ ਸਕਦੇ ਹੋ ਔਰ ਅਸੀਂ ਲਿਖਵਾ ਵੀ ਦਿੰਦੇ ਹਾਂ। ਹਾਂ, ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ, 7307032211 +91 ਤੁਸੀਂ ਪਹਿਲੇ ਲਗਾ ਲੈਣਾ ਜਿਹੜਾ ਇੰਡੀਆ ਦਾ ਕੋਡ ਹੈ। ਇਹ ਇੰਡੀਆ ਵਾਲਾ ਹੈਲਪਲਾਈਨ ਨੰਬਰ ਹੈ ਜੀ ਸਾਡਾ, US ਦੇ ਤੇ ਉੱਪਰ ਆ ਹੀ ਰਹੇ ਨੇ ਟੀਵੀ ਸਕਰੀਨ ਤੇ, ਇਹ ਇੰਡੀਆ ਵਾਲਾ ਹੈਲਪਲਾਈਨ ਨੰਬਰ। ਨਾਲੇ ਡਾਕਟਰ ਸਾਹਿਬ ਦਸੀਪ ਜੀ ਜਿਸ ਤਰ੍ਹਾਂ ਪੁੱਛ ਰਹੇ ਨੇ ਨਾ, ਇਹਨਾਂ ਦਾ ਕੋਈ ਉੱਥੇ ਹੈਗਾ ਐਂਡ ਸਫਰਿੰਗ ਫਰੋਮ ਸਮ ਏਲਮੈਂਟ, ਸੋ ਉਹਨਾਂ ਨੂੰ ਵੀ ਭੇਜਣਾ ਚਾਹੁੰਦੇ ਨੇ ਤੁਹਾਡੇ ਕੋਲ। ਸੋ ਲੈਟਸ ਇੰਜ ਕਰਦੇ ਆ, ਬਿਫੋਰ ਵੀ ਟੇਕ ਮੋਰ ਕਾਲਸ ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਵੀਲ ਬੀ ਬੈਕ। ਵੈਲਕਮ ਬੈਕ ਸਾਰਿਆਂ ਦਾ, ਔਰ ਤੁਹਾਡਾ ਖਾਸ ਤੌਰ 'ਤੇ ਕਿ ਤੁਸੀਂ ਕੱਲ੍ਹ ਇੱਥੇ ਲੈਂਡ ਕੀਤੇ ਹੋ ਐਂਡ ਯੂ ਆਰ ਹੇਅਰ, ਐਂਡ ਆਈ ਐਮ ਸ਼ੋਰ ਜੈਟ ਲੈਗ ਵੀ ਤੰਗ ਕਰ ਰਿਹਾ ਹੋਣਾ ਹਾਲੇ, ਐਂਡ ਫਿਰ ਵੀ ਸਾਡੇ ਸਵਾਲਾਂ ਦਾ ਜਵਾਬ ਤੁਸੀਂ ਦੇ ਰਹੇ ਹੋ, ਸੋ ਥੈਂਕ ਯੂ ਸੋ ਮੱਚ। ਬ੍ਰੇਕ ਦੇ ਉੱਤੇ ਕੁਛ ਸਵਾਲ ਜਿਹੜੇ ਪੁੱਛੇ ਹੈ, ਬਿਕੋਜ਼ ਯੂ ਨੋ ਟਾਈਮ ਘੱਟ ਹੈ ਔਰ ਬਹੁਤ ਸਵਾਲ ਆ ਰਹੇ ਨੇ, ਸੋ ਉਹਨਾਂ ਨੇ ਜਿਹੜਾ ਕਿਹਾ ਨਾ ਇੱਕ ਫੁਲਵੈਰੀ ਦਾ, ਕਹਿੰਦੇ ਨੇ ਫੁਲਵੈਰੀ ਦਾ ਕੁਛ ਹੈਗਾ ਇਲਾਜ ਸਾਡਾ ਆਯੁਰਵੇਦ? ਬਿਲਕੁਲ ਜੀ, ਜਦੋਂ ਆਪਾਂ ਫੁਲਵੈਰੀ ਦੀ ਗੱਲ ਕਰਦੇ ਹਾਂ ਆਯੁਰਵੇਦ 'ਚ, ਫੁਲਵੈਰੀ ਦੇ ਕੇਸ 'ਚ ਵੀ ਆਪਾਂ ਵਾਤ ਪਿੱਤ ਕਫ ਦੀ ਗੱਲ ਕਰ ਰਹੇ ਸੀ, ਆਪਾਂ ਪਿੱਤ ਨੂੰ ਵਧਾਉਣਾ ਹੁੰਦਾ ਜੀ। ਜੀ, ਮੈਲੈਨੋਸਾਈਟ ਸਾਡੇ ਸਟਿਮੂਲੇਟ ਹੁੰਦੇ ਨੇ ਜਦੋਂ ਆਪਾਂ ਪਿੱਤ ਨੂੰ ਵਧਾਉਂਦੇ ਹਾਂ। ਬਾਕੁਚੀ ਚੂਰਨ ਇੱਕ ਕਾਮਨ ਮਿਲਣ ਵਾਲਾ ਚੂਰਨ ਹੈ ਜਿਹੜਾ ਕਿ ਖਾਣ 'ਚ ਅਤੇ ਲਗਾਉਣ 'ਚ ਦੋਨਾਂ ਹੀ ਕੇਸਿਸ 'ਚ ਫੁਲਵੈਰੀ 'ਚ ਬੜਾ ਫਾਇਦਾ ਕਰਦਾ ਵਾ, ਬਟ ਮੈਂ ਸਟਿਲ ਚਾਹਾਂਗਾ ਕਿ ਤੁਸੀਂ ਆਪਣੀ ਪਿੱਕ ਖਿੱਚ ਕੇ ਜ਼ਰੂਰ ਭੇਜੋ, ਕਿਉਂਕਿ ਇਹ ਦੇਖਣਾ ਬੜਾ ਜ਼ਰੂਰੀ ਹੈ ਕਿ ਫੁਲਵੈਰੀ ਜਮਾਂਦਰੂ ਹੈ ਜਾਂ ਬਾਅਦ 'ਚੋਂ ਹੋਈ ਹੈ ਔਰ ਕਿਸ ਲੈਵਲ ਦੀ ਹੈ, ਬੋਡੀ ਦੇ ਕਿਹੜੇ ਪਾਰਟ ਦੇ ਉੱਪਰ ਹੈ। ਉਹਦੇ ਅਕੋਰਡਿੰਗ ਬਾਕੁਚੀ ਦਾ ਚੂਰਨ ਆਪਾਂ ਤੁਹਾਨੂੰ ਯੂਜ਼ ਕਰਵਾਵਾਂਗੇ, ਜਨਰਲੀ ਇਹਦੇ ਬੜੇ ਅੱਛੇ ਰਿਜ਼ਲਟਸ ਨੇ ਔਰ ਆਈ ਹੋਪ ਕਿ ਇੰਪਰੂਵਮੈਂਟ ਮਿਲੇਗਾ। ਨਹੀਂ ਬਹੁਤ ਇੰਪੋਰਟੈਂਟ, ਨਾਲੇ ਅਸੀਂ ਨੰਬਰਸ ਦੇ ਰਹੇ ਹਾਂ, ਜਿਹੜਾ ਪਰਸਨਲਾਈਜ਼ ਕੁਝ ਕੁਐਸਚਨ ਹੁੰਦਾ ਪਲੀਜ਼ ਉਹਨਾਂ ਨੂੰ ਬਾਅਦ ਕਾਲ ਕਰੋ ਐਂਡ ਯੂ ਕੈਨ ਯੂ ਨੋ ਗੈਟ ਬੈਟਰ। ਇੱਕ ਹੋਰ ਕੁਐਸਚਨ ਹੁਣੇ ਬ੍ਰੇਕ ਦੇ ਦੌਰਾਨ ਜਿਹੜਾ ਹੈਡੇਕ ਵਾਲਾ, ਮੈਂ ਉਹਦਾ ਵੀ ਜਵਾਬ ਦੇਣਾ ਚਾਹਾਂਗਾ ਜੀ, ਕਿਉਂਕਿ ਆਂਟੀ ਸੀ ਜਿਨ੍ਹਾਂ ਨੇ ਹੁਣੇ ਪੁੱਛਿਆ ਕੁਐਸਚਨ, ਕਾਫੀ ਸਵੀਅਰ ਉਹਨਾਂ ਦੀ ਹੈਡੇਕ ਰਹਿ ਰਹੀ, 3 ਮਹੀਨੇ ਤੋਂ ਦੱਸ ਰਹੇ ਸੀ ਕਿ ਹੈਡੇਕ ਹੁੰਦੀ ਹੈ ਰੋਜ਼ ਸਵੇਰੇ ਉੱਠ ਕੇ, ਅਤੇ ਮੇਰੀ ਤੁਹਾਨੂੰ ਇਹੀ ਰਿਕੁਐਸਟ ਰਹੇਗੀ ਜੀ, ਇੱਕ ਤਾਂ ਰੋਜ਼ ਸੌਣ ਲੱਗਿਆਂ ਗਰਮ ਪਾਣੀ ਪੀਣਾ ਵਾ ਆਪਾਂ ਔਰ ਉਹ ਗਰਮ ਪਾਣੀ ਚਾਹ ਜਿੰਨਾ ਗਰਮ ਹੋਣਾ ਚਾਹੀਦਾ ਵਾ। ਅੱਛਾ, ਦੂਸਰੀ ਚੀਜ਼ ਮਗਾਂ ਜਿਹੜੀਆਂ ਨੇ ਬੜੀ ਹੀ ਵਧੀਆ ਚੀਜ਼ ਨੇ, ਪਾਈਪਰ ਲੌਂਗਮ ਆਪਾਂ ਉਹਨੂੰ ਕਹਿੰਦੇ ਹਾਂ, ਪੁਰਾਣੇ ਜ਼ਮਾਨੇ 'ਚ ਅਚਾਰਾਂ 'ਚ ਪਾਈਦੀਆਂ ਸੀ, ਅੱਜ ਆਪਾਂ ਭੁੱਲ ਚੁੱਕੇ ਹਾਂ ਮਗਾਂ ਨੂੰ। ਮਗਾਂ ਬਹੁਤ ਚੰਗੀਆਂ ਨੇ ਤੁਹਾਡੇ ਵਾਸਤੇ। ਮਗਾਂ ਦੀ ਪਹਿਚਾਣ ਕੀ ਹੈ ਜੀ? ਦੇਖੋ ਅਕਸਰ ਆਪਾਂ ਮਗਾਂ ਲੈਣ 'ਤੇ ਚਲੇ ਜਾਂਦੇ ਹਾਂ, ਲੇਕਿਨ ਸਾਨੂੰ ਪਹਿਚਾਣ ਨਹੀਂ ਹੁੰਦੀ ਔਰ ਸਾਨੂੰ ਪੁਰਾਣੀਆਂ ਮਗਾਂ ਮਿਲ ਜਾਂਦੀਆਂ ਨੇ। ਮਗਾਂ ਫਰੈਸ਼ ਲੈਣੀਆਂ ਨੇ, ਮਗਾਂ ਨੂੰ ਜਦੋਂ ਮਿਲਣ ਤੋੜ ਕੇ ਦੇਖਣਾ ਆਪਾਂ, ਜਦੋਂ ਤੋੜੋਗੇ ਉਹਦੇ ਅੰਦਰ ਛੋਟੇ ਛੋਟੇ ਬੀਜ ਨੇ ਜੀ, ਜਿਹੜੇ ਛੋਟੇ ਛੋਟੇ ਬੀਜ ਨੇ ਉਹ ਵਾਈਟਿਸ਼ ਹੋਣੇ ਚਾਹੀਦੇ ਨੇ, ਉਹ ਪੁਰਾਣੇ ਅਗਰ ਨੇ ਤਾਂ ਉਹ ਵਾਈਟਿਸ਼ ਨਹੀਂ ਰਹੇ ਹੋਣਗੇ। ਨਵੀਆਂ ਮਗਾਂ ਲੈ ਕੇ ਪੀਸ ਲਵੋ, ਰੋਜ਼ ਰਾਤੀ ਸੌਣ ਲੱਗਿਆ ਆਪਾਂ ਕੋਸ਼ਿਸ਼ ਕਰਨੀ ਹੈ
कि मगां दा चूरन चमचे दा पंजवां हिस्सा और इहदे वास्ते ते खास तौर ते जिहड़ी तुसीं हेडेक दी प्रॉब्लम दस रहे हो मेरे एक स्पैशल कंबीनेशन आंदा वै जिहदे च उस थकदूस पिया वै मगां पईआं ने उस थकदूस हुंदा जी लिवेंडर फ्लावर्स लिवेंडर फ्लावर्स नूं उस थकदूस कहिंदे ने सिफेलेगो नाम तों है सिफेलेगो US च अवेलेबल है ਤੁਸੀਂ ਆਂਟੀ ਜੀ ਕੋਸ਼ਿਸ਼ ਕਰ ਸਕਦੇ ਹੋ ਸਿਫੈਲੇਗੋ ਤੁਸੀਂ ਜਿਹੜਾ ਵੈ ਉਹ ਰਾਤੀ ਸੌਣ ਲੱਗਿਆਂ ਦੋ ਕੈਪਸੂਲਸ ਦੋ ਕੈਪਸੂਲਸ ਮਾਰਨਿੰਗ 'ਚ ਲਵੋ ਤੁਹਾਨੂੰ ਇਹਨਾਂ ਚੀਜ਼ਾਂ ਨਾਲ ਇੰਪਰੂਵਮੈਂਟ ਮਿਲੇਗੀ ਯੂ ਵੋਂਟ ਹੈਵ ਹੈਡੇਕ ਜਿਹੜਾ ਤੁਸੀਂ ਇੰਨੀ ਦੇਰ ਤੋਂ ਪਰੇਸ਼ਾਨ ਹੋ ਤੁਹਾਨੂੰ ਫਰਕ ਪੈ ਜਾਵੇਗਾ ਔਰ ਗਰਮ ਪਾਣੀ ਜ਼ਰੂਰ ਲੈਣਾ ਜੀ ਜੀ ਅੱਛਾ ਲਵੈਂਡਰ ਵੈਸੇ ਹੀ ਬੜਾ ਕਾਮਿੰਗ ਬਿਲਕੁਲ ਜੀ ਸਿੰਸ ਮੰਨਿਆ ਜਾਂਦਾ ਐਜ਼ ਏ ਐਂਟੀ ਡਿਪਰੈਸੈਂਟ ਵੀ ਬੜਾ ਵਧੀਆ ਕੰਮ ਕਰਦਾ ਲਵੈਂਡਰ ਵੈਰੀ ਗੁੱਡ ਐਂਟੀ ਡਿਪਰੈਸੈਂਟ ਮਾਈਗ੍ਰੇਨ 'ਚ ਬਹੁਤ ਵਧੀਆ ਕੰਮ ਕਰਦਾ ਹੈ ਮੈਮਰੀ ਨੂੰ ਇੰਪਰੂਵ ਕਰਦਾ ਵੈ ਬਾਡੀ 'ਚ ਸੀਰੋਟੋਨਿਨ ਦੇ ਲੈਵਲ ਨੂੰ ਵਧਾਉਂਦਾ ਵੈ ਮਲਟੀਪਲ ਬੈਨੀਫਿਟਸ ਆਫ ਅ ਸਿੰਗਲ ਲਿਵੈਂਡਰ ਅੱਛਾ ਇਹਨੇ ਬੈਨੀਫਿਟ ਦੀ ਪਰ ਕਿਸ ਫਾਰਮ ਦੇ ਵਿੱਚ ਇਹਦੇ ਫਲਾਵਰਸ ਜੀ ਸੁਕਾ ਕੇ ਇਹਦੇ ਫਲਾਵਰਸ ਸੁਕਾ ਕੇ ਲਿੱਤੇ ਜਾ ਸਕਦੇ ਨੇ ਇਸ ਤੋਂ ਇਲਾਵਾ ਇੱਕ ਦੂਜਾ ਤਰੀਕਾ ਮੈਂ ਦੱਸਦਾ ਹੁੰਦਾ ਜੀ ਚਾਰੋਂ ਮਗਜ ਪਲੱਸ ਲਿਵੈਂਡਰ ਫਲਾਵਰਸ ਇਹਨਾਂ ਨੂੰ ਮਾੜੇ ਜਿਹੇ ਦੇਸੀ ਘਿਓ 'ਚ ਭੁੰਨ ਲਵੋ ਥੋੜ੍ਹੇ ਜਿਹਾ ਵਿੱਚ ਚਮਚੇ ਦਾ ਚੌਥਾ ਹਿੱਸਾ ਵੇਸਣ ਪਾ ਲਵੋ ਭੁੰਨ ਕੇ ਦੁੱਧ ਥੋੜ੍ਹਾ ਜਿਹਾ ਪਾ ਕੇ ਉਹਦਾ ਦੁੱਧ ਪੀਓ ਬਹੁਤ ਫਾਇਦਾ ਕਰੇਗਾ ਰੀਅਲੀ ਵਾਓ ਚਲੋ ਹੋਰ ਕਾਲਸ ਲੈ ਲੈਂਦੇ ਹਾਂ ਡਾਕਟਰ ਮੋਨਿਕਾ ਤੁਹਾਡੇ ਤੋਂ ਬਾਅਦ ਗੱਲ ਕਰਦੇ ਹਾਂ ਬਹੁਤ ਬੰਦੇ ਪੁੱਛਦੇ ਨੇ ਹੈਲੋ ਹੈਲੋ ਹਾਂਜੀ ਕੌਣ ਬੋਲ ਰਹੇ ਹੋ ਜੀ ਕੀ ਸਵਾਲ ਹੈ ਤੁਹਾਡਾ ਜੀ ਅਰਵਿੰਦਰ ਮੈਂ ਸਵਾਲ ਤਾਂ ਕੋਈ ਨਹੀਂ ਮੈਂ ਤੁਹਾਡੇ ਕੋਲੋਂ ਇਹ ਰਿਕਵੈਸਟ ਤੁਹਾਡਾ ਨੰਬਰ ਲੈਣਾ ਚਾਹੁੰਦੀ ਸੀਗੀ ਹਾਂਜੀ ਨੰਬਰ ਅਸੀਂ ਦੇ ਰਹੇ ਹਾਂ ਨਾਲ ਨਹੀਂ ਜੀ ਤੁਹਾਡਾ ਪਰਸਨ ਨੰਬਰ ਨਹੀਂ ਹੁੰਦਾ ਮੇਰਾ ਨੰਬਰ ਕਿ ਡਾਕਟਰ ਸਾਹਿਬ ਦਾ ਕੌਣ ਬੋਲ ਰਹੇ ਕੀ ਸਵਾਲ ਹੈ ਤੁਹਾਡਾ ਹਾਂਜੀ ਅਸੀਂ ਕੈਲੀਫੋਰਨੀਆ ਤੋਂ ਬੋਲ ਰਹੇ ਆ ਹਾਂਜੀ ਮੇਰੇ ਦੋ ਕੁਐਸਚਨ ਆ ਇੱਕ ਤਾਂ ਮੇਰੇ ਫਾਦਰ ਇਨ ਲਾਅ ਨੂੰ ਮਤਲਬ ਜਿਗਰ ਕੈਂਸਰ ਹੋ ਗਿਆ ਕੋਈ ਇਲਾਜ ਹੈਗਾ ਉਹਨਾਂ ਦਾ ਦੇਖੋ ਜੀ ਲਿਵਰ ਕੈਂਸਰ ਦੀ ਆਪਾਂ ਗੱਲ ਕਰ ਰਹੇ ਹਾਂ ਅਗਰ ਮੈਂ ਇੱਕ ਸ਼ਬਦ ਅੰਦਰ ਇਸ ਤਰ੍ਹਾਂ ਹੀ ਤੁਹਾਨੂੰ ਬੋਲ ਦੇਵਾਂਗਾ ਨਾ ਕਿ ਹਾਂਜੀ ਇਲਾਜ ਹੈ ਜਾਂ ਨਹੀਂ ਹੈ ਉਹ ਇੱਕ ਝੂਠ ਹੋਏਗਾ ਕਿਉਂਕਿ ਦੇਖੋ ਲਿਵਰ ਕੈਂਸਰ ਦੇ ਪੇਸ਼ੈਂਟ 'ਚ ਰਿਪੋਰਟਸ ਦੇਖਣੀਆਂ ਬਹੁਤ ਜ਼ਰੂਰੀ ਨੇ ਮੈਂ 17 ਅਤੇ 18 ਦੋ ਦਿਨ ਕੈਲੀਫੋਰਨੀਆ ਅਵੇਲੇਬਲ ਹਾਂ ਜੀ ਉੱਥੇ ਫੋਗ ਫੈਸਟੀਵਲ ਹੈ ਮੈਂ ਉੱਥੇ ਆ ਰਿਹਾ ਵਾਂ ਮੈਂ ਚਾਹਾਂਗਾ ਕਿ ਤੁਸੀਂ ਉਹਨਾਂ ਦੀਆਂ ਰਿਪੋਰਟਸ ਦਿਖਾਓ ਅਗਰ ਉਹਨਾਂ ਦਾ ਕੋਈ ਪੈਟ ਸਕੈਨ ਕੋਈ MRI ਹੋਇਆ ਹੈ ਕਿਉਂਕਿ ਲਿਵਰ ਕੈਂਸਰ ਦੇ ਕੇਸ 'ਚ ਦੇਖਣਾ ਬੜਾ ਜ਼ਰੂਰੀ ਹੈ ਕਿ ਮੈਟਾਸਟੈਸਿਸ ਕਿੱਥੇ ਹੋਇਆ ਹੈ ਸੈਕੰਡਰੀਜ਼ ਕਿੱਥੇ ਗਈਆਂ ਨੇ ਉਸ ਕੈਂਸਰ ਦੀਆਂ ਔਰ ਕੰਡੀਸ਼ਨ 'ਤੇ ਬਹੁਤ ਕੁਛ ਡਿਪੈਂਡ ਕਰਦਾ ਵੈ ਬਹੁਤ ਅੱਛੀਆਂ ਚੀਜ਼ਾਂ ਅਵੇਲੇਬਲ ਨੇ ਆਯੁਰਵੇਦ 'ਚ ਜਿਹੜੀਆਂ ਫਾਇਦਾ ਕਰ ਸਕਦੀਆਂ ਨੇ ਇੱਕ ਵਾਰੀ ਕੰਡੀਸ਼ਨ ਦੇਖਣ ਤੋਂ ਬਾਅਦ ਮੈਂ ਦੱਸ ਸਕਦਾ ਵਾਂ ਜੀ ਹਾਂਜੀ ਹਾਂਜੀ ਤੇ ਤੁਸੀਂ ਕਿੱਥੇ ਆ ਕਿਹੜੀ ਸਿਟੀ 'ਚ ਆ ਰਹੇ ਕੈਲੀਫੋਰਨੀਆ ਕੈਲੀਫੋਰਨੀਆ 'ਚ ਜੀ ਮੈਂ ਫ੍ਰੇਮੌਂਟ ਆਵਾਂਗਾ ਜੀ ਫ੍ਰੇਮੌਂਟ ਫ੍ਰੀਮੌਂਟ ਫ੍ਰੀਮੌਂਟ ਹਾਂਜੀ ਹਾਂਜੀ ਬਿਲਕੁਲ ਜੀ ਦੇਖੋ ਜਦੋਂ ਆਪਾਂ ਡਰੱਗਸ ਦੀ ਗੱਲ ਕਰਦੇ ਹਾਂ ਕੋਈ ਵੀ ਐਡਿਕਸ਼ਨ ਅਗਰ ਕਿਸੇ ਨੂੰ ਹੋ ਗਿਆ ਹੈ ਆਪਾਂ ਆਚਾਰਿਆ ਚਰਕ ਨੇ ਅੰਸ਼ ਕਲਪਨਾ ਦੇ ਤਰੀਕੇ ਦੇ ਨਾਲ ਉਹ ਛੁਡਵਾਉਣ ਦੇ ਵਾਸਤੇ ਦੱਸਿਆ ਹੋਇਆ ਹੋਰ ਵੀ ਪੇਸ਼ੈਂਟਸ ਮੇਰੇ ਕੋਲ ਕਾਫੀ ਅੱਛੇ US ਦੇ ਜਿਨ੍ਹਾਂ ਨੂੰ ਆਪਾਂ ਉਸ ਟੈਕਨੀਕ ਦੇ ਨਾਲ ਹੌਲੀ ਹੌਲੀ ਕਰਦੇ ਜਿਹੜੀ ਡਰੱਗ ਦੀ ਐਡਿਕਸ਼ਨ ਹੋਈ ਹੁੰਦੀ ਹੈ ਆਪਾਂ ਉਹਦੀ ਡੋਜ਼ ਰਿਡਿਊਸ ਕਰਦੇ ਚਲੇ ਜਾਂਦੇ ਹਾਂ ਇੱਧਰੋਂ ਆਯੁਰਵੇਦ 'ਚ ਆਪਾਂ ਮੇਧੇ ਰਸਾਇਣ ਨਾਲ ਦੇਣੇ ਹੁੰਦੇ ਨੇ ਕੁਛ ਛੋਟੇ ਛੋਟੇ ਲਾਈਫ ਸਟਾਈਲ ਚੇਂਜਸ ਥੋੜ੍ਹਾ ਜਿਹਾ ਪ੍ਰਾਣਾਯਾਮ ਅਤੇ ਮੇਧੇ ਰਸਾਇਣ ਜਦੋਂ ਨਾਲ ਦਿੱਤੇ ਜਾਂਦੇ ਨੇ ਬੱਚੇ ਦਾ ਥੋੜਾ ਜਿਹਾ ਮਨ ਬਣਿਆ ਹੋਣਾ ਚਾਹੀਦਾ ਜੀ ਕਿ ਮੈਂ ਡਰੱਗਸ ਛੱਡਨੇ ਨੇ ਉਹ ਬੜੀ ਆਰਾਮ ਨਾਲ ਡਰੱਗਸ ਛੱਡ ਪਾਉਂਦਾ ਵਾ ਉਹਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਹਾਂਜੀ ਛੱਡਣਾ ਚਾਹੁੰਦਾ ਪਰ ਅਸੀਂ ਹੁਣ ਉਹਨਾਂ ਨੂੰ ਪਹਿਲਾਂ ਉੱਥੇ ਦੂਰ ਰਹਿੰਦੇ ਸੀ ਕੈਲੀਫੋਰਨੀਆ ਸਾਡੇ ਕੋਲ ਰਹਿ ਰਿਹਾ ਇਸੇ ਕਰਕੇ ਮੈਂ ਤੁਹਾਨੂੰ ਕਾਲ ਕੀਤਾ ਤੇ ਤੁਸੀਂ ਕੈਲੀਫੋਰਨੀਆ ਦਾ ਮਤਲਬ ਜੀ ਨੰਬਰ ਮੈਂ ਨੋਟ ਕਰ ਲਿਆ ਹਾਂਜੀ 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 ਉਹੀ ਬਹੁਤ ਆਈ ਥਿੰਕ ਮਾਲਕ ਨੇ ਚਾਹਿਆ ਜੀ ਤੇ ਬੜੀ ਜਲਦੀ ਆਪਾਂ ਬੱਚੇ ਨੂੰ ਇਸ ਤੋਂ ਬਾਹਰ ਲੈ ਕੇ ਆਵਾਂਗੇ ਕਿਉਂਕਿ ਹੋਰ ਵੀ ਬੱਚੇ ਜਿਹੜੇ ਨੇ ਉਹ ਆਯੁਰਵੇਦ ਦੀ ਮਦਦ ਨਾਲ ਡਰੱਗਸ ਛੱਡ ਪਾਏ ਨੇ ਤੇ ਇਹਦੇ ਕੇਸ 'ਚ ਵੀ ਬੱਚੇ ਦੇ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਜੀ ਓਕੇ ਥੈਂਕ ਯੂ ਸੋ ਮਚ ਇਹ ਤਾਂ ਬਹੁਤ ਵਧੀਆ ਸਵਾਲ ਤੁਸੀਂ ਪੁੱਛਿਆ ਕਿਉਂਕਿ ਬਹੁਤ ਜਿਹੜਾ ਚੈਲੰਜਿੰਗ ਯੂ ਨੋ ਹੈਲਥ ਇਸ਼ੂ ਹੈਗਾ ਹੈ ਔਰ ਸਪੈਸ਼ਲੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿਸੇ ਵੀ ਇਲਾਜ ਵਾਸਤੇ ਇੱਕ ਆਪਣੀ ਕਹਿੰਦੇ ਨਾ ਕਿ ਬਿਲ ਹੋ ਜਾਏ ਕਿ ਹਾਂ ਮੈਂ ਛੱਡਣਾ ਔਰ ਆਚਾਰਿਆ ਚਰਕ ਨੇ ਜੀ ਬਹੁਤ ਵਧੀਆ ਮੈਂਸ਼ਨ ਕੀਤਾ ਦੇ ਅੰਦਰ ਅੰਸ਼ ਕਲਪਨਾ ਅੰਸ਼ ਕਲਪਨਾ ਦਾ ਮਤਲਬ ਇਹ ਹੈ ਕਿ ਇੱਕ ਚੀਜ਼ ਦੀ ਅਗਰ ਆਦਤ ਪੈ ਚੁੱਕੀ ਹੈ ਝਟਕੇ ਨਾਲ ਨਾ ਛੁਡਵਾਓ ਡੇਲੀ ਹਲਕੀ ਹਲਕੀ ਡੋਜ਼ ਸਟੈਪ ਡਾਊਨ ਕਰਦੇ ਜਾਓ ਘਟਾਉਂਦੇ ਘਟਾਉਂਦੇ ਬੈਕ ਐਂਡ ਤੋਂ ਸਪੋਰਟਿਵ ਲਾਈਫ ਸਟਾਈਲ ਸਪੋਰਟਿਵ ਡਾਈਟ ਸਪੋਰਟਿਵ ਹਰਬਸ
ਹੌਲੀ ਹੌਲੀ ਬੱਚਾ ਬੜੀ ਆਰਾਮ ਨਾਲ ਛੱਡ ਦਿੰਦਾ, ਪਤਾ ਵੀ ਨਹੀਂ ਚੱਲਦਾ ਉਹਨੂੰ, ਕੋਈ ਪ੍ਰੋਬਲਮ ਵੀ ਨਹੀਂ ਆਉਂਦੀ ਹੈ, ਕਿਉਂਕਿ ਜਿਹੜੀ ਕ੍ਰੈਵਿੰਗ ਹੈ ਮੁਸ਼ਕਿਲ ਤਾਂ ਉਹੀ ਆਉਣੀ ਹੈ, ਉਹੀ ਜਦੋਂ ਨਹੀਂ ਹੋਣ ਦਿੰਦੇ ਤਾਂ ਬੜੀ ਆਰਾਮ ਨਾਲ ਬੱਚਾ ਉਸ ਅਲਾਮਤ ਤੋਂ ਜਿਹੜਾ ਬਾਹਰ ਨਿਕਲ ਆਉਂਦਾ ਵਾ। ਉਹ ਤਾਂ ਬਹੁਤ ਵਧੀਆ ਗੱਲ ਆ, ਅਗਰ ਇਹ ਸਕਸੈਸਫੁਲ ਹੋ ਜਾਏ ਕਿੰਨਾ ਹੀ ਬੱਚਾ ਜਿਹੜਾ ਸਾਡਾ। ਬਿਲਕੁਲ, ਬਹੁਤ ਵਧੀਆ ਜੀ। ਸੋ ਲੈਟ ਮੀ ਟੇਕ ਵਨ ਮੋਰ ਕਾਲ, ਐਂਡ ਬਿਫੋਰ ਆਈ ਟੇਕ ਦਾ ਕਾਲ ਆਈ ਐਮ ਗੋਇੰਗ ਟੂ ਗੋ ਔਨ ਬ੍ਰੇਕ, ਐਂਡ ਮੈਂ ਫਿਰ ਵੀ ਕਾਲਾਂ ਤੁਹਾਡੀਆਂ ਈਵਨ ਬ੍ਰੇਕ ਦੇ ਉੱਤੇ ਲੈਂਦੀ ਰਹਾਂਗੀ। ਸੋ ਲੈਟਸ ਮੀਟ ਆਫਟਰ ਦ ਬ੍ਰੇਕ। ਵੈਲਕਮ ਬੈਕ, ਥੈਂਕ ਯੂ ਸੋ ਮਚ ਫੋਰ ਜੁਆਇਨਿੰਗ ਐਜ਼ ਵੈਲ ਐਜ਼ ਯੂ ਨੋ ਆਨਸਰਿੰਗ ਸੋ ਮੈਨੀ ਕੁਐਸਚਨਸ। ਔਰ ਬ੍ਰੇਕ 'ਤੇ ਵੀ ਮੈਂ ਤੁਹਾਨੂੰ ਕੋਈ ਬ੍ਰੇਕ ਨਹੀਂ ਦੇ ਰਹੀ ਕਿਉਂਕਿ ਸਾਰੇ ਕੁਐਸਚਨਸ ਅਸੀਂ ਲੈ ਰਹੇ ਹਾਂ ਉਸ ਵੇਲੇ ਵੀ। ਸੋ ਕਰਮਜੀਤ ਦਾ ਫੋਨ ਹੁਣੇ ਹੈਗਾ ਐਂਡ ਸ਼ੀ ਇਜ਼ ਔਨ ਦਾ ਲਾਈਨ। ਕਰਮਜੀਤ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ ਤੁਸੀਂ, ਹਾਂਜੀ ਮੈਮ, ਤੁਸੀਂ ਕੀ ਦੱਸ ਰਹੇ ਸੀ? ਇੱਕ ਤਾਂ ਤੁਹਾਨੂੰ ਫਰਕ ਪਿਆ ਨਾ ਉਸ ਡਾਕਟਰ ਸਾਹਿਬ ਦੇ, ਹਾਂਜੀ ਐਨਰਜੀ 'ਚ ਬਹੁਤ ਫਰਕ ਪਿਆ। ਹਾਂਜੀ ਲਾਸਟ ਟਾਈਮ ਮੈਂ ਥਾਇਰਾਇਡ ਤੇ ਤਾਂ ਮੈਂ ਡਾਇਬੀਟੀਜ਼ ਦਾ ਇਹਨਾਂ ਤੋਂ ਕੁਐਸਚਨ ਸਰ ਤੋਂ ਪੁੱਛਿਆ ਸੀ। ਇਹਨਾਂ ਨੇ ਮੈਨੂੰ ਮੇਥਰੇ, ਅਜਵਾਇਨ ਤੇ ਕਲੌਂਜੀ ਦੱਸਿਆ ਸੀ, 2.5-2.5 ਗ੍ਰਾਮ ਲੈਣੇ ਗਰਮ ਪਾਣੀ ਨਾਲ 2 ਟਾਈਮ ਦਿਨ ਦੇ ਵਿੱਚ। ਤੇ ਪਰ ਹੁਣ ਇੱਕ ਚੌਥੀ ਚੀਜ਼ ਇਹਨਾਂ ਨੇ ਹੋਰ ਮੈਂਸ਼ਨ ਕੀਤੀ ਸੀ, ਉਹ ਪਲੀਜ਼ ਦੱਸ ਦੇਣਾ ਸਰ ਵੀ ਉਹ ਵੀ ਕਿਹੜੀ ਐਡ ਕਰਨੀ ਵਿੱਚ। ਮੈਂ 3 ਚੀਜ਼ਾਂ ਹੀ ਲੈ ਰਹੀ ਸੀ ਪਰ ਉਹਦੇ ਨਾਲ ਹੀ ਮੈਨੂੰ ਨੈਕਸਟ ਹੀ ਜਾਣਾ 2 ਦਿਨ ਲੈਣ ਤੋਂ ਬਾਅਦ ਹੀ ਬੜਾ ਫਰਕ ਮਹਿਸੂਸ ਹੋਇਆ, ਮਤਲਬ ਐਨਰਜੀ ਲੈਵਲ ਅਪ ਹੋ ਗਿਆ। ਮੈਂ ਆਪਣੀ ਕਿਚਨ ਕਲੀਨ ਕਰ ਲਈ ਸੀ ਉੱਠ ਕੇ ਨਾ ਲੈਣ ਤੋਂ ਬਾਅਦ ਮਾਰਨਿੰਗ ਦੇ, ਮੈਨੂੰ ਲੈ ਕੇ ਇੰਨਾ ਚੰਗਾ ਲੱਗਦਾ ਸੀ ਕਿ ਮੈਂ ਲਵਾਂ ਤੇ ਮੈਂ ਇਹਦੇ ਨਾਲ ਠੀਕ ਹੋ ਜੂੰਗੀ, ਮੈਨੂੰ ਐਨਰਜੀ ਮਿਲੂਗੀ ਜਿੱਦਾਂ। ਫਿਰ ਉਸ ਤੋਂ ਬਾਅਦ ਮੈਂ ਹੁਣ ਇਹ ਕੁਐਸਚਨ ਐਕਚੁਲੀ ਮੇਰੇ ਸੀਗਾ ਕਿ ਮੈਂ ਪਾਊਡਰ ਫਾਰਮ ਦੇ ਵਿੱਚ ਆਪਣੇ ਆਪ ਹੀ ਲੈਣਾ ਸਟਾਰਟ ਕਰਤਾ ਸੀ, ਪਲੀਜ਼ ਮੈਂਸ਼ਨ ਕਰ ਦੇਣਾ ਪਾਊਡਰ ਫਾਰਮ 'ਚ ਲੈਣਾ, ਇੱਕ ਬੇਬੀ ਫੀਡ ਦੇ ਵਿੱਚ ਸੇਫ ਹੈ ਜਾਂ ਨਹੀਂ। ਇੱਕ ਮੈਂ ਆਇਲ ਬਾਰੇ ਪੁੱਛਣਾ ਸੀ ਕਿ ਜੇ ਤੁਸੀਂ ਆਪਾਂ ਡਾਇਬਟੀਜ਼ ਦੇ ਵਿੱਚ ਕਿਹੜਾ, ਜੇ ਥਾਇਰਾਇਡ ਤੇ ਡਾਇਬਟੀਜ਼ ਦੇ ਵਿੱਚ ਕਿਹੜਾ ਆਇਲ ਜਾਂ ਘਿਓ ਕਿੰਨਾ ਕੁ ਯੂਜ਼ ਕਰ ਸਕਦੇ ਹਾਂ, ਕਿਹੜਾ ਲੈ ਸਕਦੇ ਹਾਂ, ਅਤੇ ਫੂਡ ਕਿੱਦਾਂ ਦਾ, ਰੋਟੀ ਮਤਲਬ ਰੋਟੀ ਦੀ ਜਗ੍ਹਾ 'ਤੇ ਕਿਹੜਾ ਹੋਰ ਆਟਾ ਯੂਜ਼ ਕਰ ਸਕਦੇ ਹਾਂ, ਪਲੀਜ਼ ਦੱਸ ਦੇਣਾ। ਤੁਸੀਂ ਪੁੱਛ ਰਹੇ ਸੀ ਨਾ ਕਿ ਰਾਈਸ ਤੁਹਾਨੂੰ ਥੋੜ੍ਹਾ ਮਨਾ ਕੀਤੇ ਹੋਏ ਡਾਇਬਟੀਜ਼ ਕਰਕੇ, ਉਹ ਵੀ ਡਾਕਟਰ ਸਾਹਿਬ ਦੱਸ। ਹਾਂਜੀ, ਸਭ ਤੋਂ ਪਹਿਲੇ ਤਾਂ ਥੈਂਕਸ ਜੀ, ਤੁਸੀਂ ਪ੍ਰੋਪਰ ਫੋਲੋ ਕੀਤਾ, ਬੜਾ ਅੱਛਾ ਲੱਗਦਾ ਵਾ ਜਦੋਂ ਚੀਜ਼ਾਂ ਫੋਲੋ ਕੀਤੀਆਂ ਜਾਣ। ਔਰ ਤੁਸੀਂ ਪਾਊਡਰ ਫੋਰਮ 'ਚ ਲੈ ਰਹੇ ਹੋ, ਬਹੁਤ ਚੰਗਾ ਕਰ ਰਹੇ ਹੋ, ਪਾਊਡਰ ਫੋਰਮ ਬਾਡੀ ਵਾਸਤੇ ਐਬਜ਼ੋਰਬ ਕਰਨਾ ਈਜ਼ੀ ਹੋ ਜਾਂਦਾ ਵਾ। ਔਰ ਜਿਹੜੀ ਚੀਜ਼ ਮਿਸਿੰਗ ਹੈ ਵਿੱਚ ਉਹ ਚੰਦਰਸ਼ੂਰ ਹੈ, ਚੰਦਰਸ਼ੂਰ ਵੀ ਇੱਕ ਹਰਬ ਹੈ, ਈਜ਼ੀਲੀ ਮਿਲ ਜਾਂਦੀ ਹੈ ਚੰਦਰਸ਼ੂਰ। ਤੁਸੀਂ ਨੈੱਟ 'ਤੇ ਚੰਦਰਸ਼ੂਰ ਲਿਖੋਗੇ, ਉਹਦੀ ਫੋਟੋ ਵੀ ਆ ਜਾਏਗੀ, ਉਹਦਾ ਬੋਟੈਨੀਕਲ ਨੇਮ ਵੀ ਆ ਜਾਏਗਾ, ਉਹ ਤੁਸੀਂ ਐਡ ਕਰ ਸਕਦੇ ਹੋ। ਔਰ ਬੇਬੀ ਫੀਡ ਦੀ ਆਪਾਂ ਗੱਲ ਕਰ ਰਹੇ ਹਾਂ, ਬੇਬੀ ਵਾਸਤੇ ਬਹੁਤ ਚੰਗਾ ਜੀ, ਅਗਰ ਤੁਸੀਂ ਇੱਕ ਮਦਰ ਲੈਕਟੇਟਿੰਗ ਮਦਰ ਚਤੁਰਬੀਜ ਨੂੰ ਲੈਂਦੇ ਨੇ ਤੇ ਬੱਚੇ ਨੂੰ ਵੀ ਉਹਦਾ ਫਾਇਦਾ ਮਿਲਦਾ, ਕਿਉਂਕਿ ਬੱਚੇ ਦੇ ਹਾਰਮੋਨਸ ਜਿਹੜੇ ਨੇ ਉਹ ਵਧੀਆ ਬਣਦੇ ਨੇ ਤੇ ਤੁਸੀਂ ਲੈ ਸਕਦੇ ਹੋ। ਔਰ ਆਇਲ ਦੀ ਤੁਸੀਂ ਗੱਲ ਕੀਤੀ ਹੈ ਜੀ, ਆਇਲ 'ਚ ਅਲਸੀ ਦਾ ਤੇਲ ਤੁਸੀਂ 100 ਮਿਲੀਗ੍ਰਾਮ 100 mg ਆਫ ਅਲਸੀ ਤੇਲ ਤੁਸੀਂ ਜਿਹੜਾ 100 ਗ੍ਰਾਮ ਪਾ ਲਓ, 100 ਗ੍ਰਾਮ ਅਲਸੀ ਤੇਲ 1 ਲੀਟਰ ਦੂਜੇ ਤੇਲ ਦੇ ਅੰਦਰ, ਤੁਸੀਂ ਜਿਹੜਾ ਵੀ ਆਇਲ ਯੂਜ਼ ਕਰ ਰਹੇ ਹੋ, ਰਾਈਸ ਬ੍ਰੈਨ ਆਇਲ ਜਾਂ ਤੁਸੀਂ ਸੋਇਆਬੀਨ ਆਇਲ ਯੂਜ਼ ਕਰ ਰਹੇ ਹੋ, ਕੋਈ ਵੀ ਆਇਲ ਯੂਜ਼ ਕਰ ਰਹੇ ਹੋ, ਉਹਦੇ 'ਚ ਕੋਸ਼ਿਸ਼ ਕਰੋ 100 ਗ੍ਰਾਮ ਅਲਸੀ ਦਾ ਤੇਲ ਐਡ ਕਰੋ। ਉਹ ਅਲਸੀ ਦਾ ਤੇਲ ਜਿਹੜਾ ਵਾ ਤੁਹਾਨੂੰ ਫਾਇਦਾ ਕਰੇਗਾ ਕਾਫੀ ਜ਼ਿਆਦਾ, ਡਾਇਬਟੀਜ਼ 'ਚ ਵੀ ਫਾਇਦਾ ਕਰੇਗਾ, ਠੀਕ ਹੈ ਜੀ? ਹਾਂਜੀ, ਮੈਂ ਉਹ ਐਕਚੁਅਲੀ ਬੇਬੀ ਵੀ ਉਹਨਾਂ ਦਾ ਰੋ ਰਿਹਾ ਅਤੇ ਯੂ ਨੋ ਕੁਐਸਚਨ ਅਸੀਂ ਗੱਲ ਹੀ ਚੁੱਕੇ ਸੀ, ਅਤੇ ਉਹੀ ਉਹਨਾਂ ਦਾ ਇਹ ਵੀ ਹੈਗਾ ਕਿ ਰਾਈਸ ਵਗੈਰਾ ਜਿਹੜਾ ਕੀ ਖਾਣਾ ਚਾਹੀਦਾ। ਦੇਖੋ ਰਾਈਸ ਅੰਦਰ ਬੜੀ ਵਾਰੀ ਬੰਦਾ ਸੋਚ ਲੈਂਦਾ ਕਿ ਡਾਇਬਟਿਕ ਪੇਸ਼ੈਂਟ ਨੂੰ ਰਾਈਸ ਨਹੀਂ ਲੈਣੇ ਚਾਹੀਦੇ, ਦੈਟ ਇਜ਼ ਬਾਸਮਤੀ, ਬਾਸਮਤੀ ਨਹੀਂ ਲੈਣਾ ਚਾਹੀਦਾ। ਓਕੇ, ਜਿਹੜੇ ਪਰਮਲ ਨੇ ਉਹਨਾਂ ਦਾ ਇੰਨਾ ਨੁਕਸਾਨ ਨਹੀਂ ਹੈ, ਅਤੇ ਕੋਸ਼ਿਸ਼ ਕਰਨੀ ਚਾਹੀਦੀ ਹੈ ਸਟਾਰਚ ਫਰੀ ਰਾਈਸ ਲਿੱਤੇ ਜਾਣ, ਚੌਲਾਂ ਦਾ ਪਾਣੀ ਸੁੱਟ ਕੇ ਚਾਵਲ ਬਣਾਓ, ਦੈਨ ਉਹ ਇੰਨਾ ਨੁਕਸਾਨ ਨਹੀਂ ਕਰਦੇ ਜੀ। ਸੋ ਕਿਸ ਤਰ੍ਹਾਂ ਮੋਨਿਕਾ ਜੀ, ਉਹਨੂੰ ਮਤਲਬ ਕੱਢ ਲਓ, ਸਟਾਰਚ ਕੱਢ ਲਓ ਉਹਦੀ ਪਹਿਲਾਂ, ਜਦੋਂ ਬੋਇਲ ਕਰਕੇ ਰਾਈਸ ਨੂੰ, ਹਾਂ ਬੋਇਲ ਕਰਕੇ ਉੱਪਰੋਂ ਤੁਸੀਂ ਉਹਦਾ ਜਿਹੜਾ ਪਾਣੀ ਹੈ ਉਹਨੂੰ ਨਿਕਾਲੋ, ਸਟ੍ਰੇਨ ਕਰ ਲਓ, ਔਰ ਫਿਰ ਬਸ ਉਹ ਰਾਈਸ ਤੁਸੀਂ ਲੈ ਸਕਦੇ ਹੋ। ਬਹੁਤ ਵਧੀਆ। ਔਰ ਚਾਵਲ ਬਾਸਮਤੀ ਨਹੀਂ ਜੀ, ਆਪਾਂ ਸੋਚਦੇ ਹਾਂ ਬਾਸਮਤੀ ਬਹੁਤ ਚੰਗੀ ਹੈ, ਬਾਸਮਤੀ ਟੇਸਟੀ ਬਹੁਤ ਹੈ, ਲੇਕਿਨ ਜ਼ਿਆਦਾ ਚੰਗੇ ਨੇ ਜਿਹੜੇ ਪਰਮਲ ਨੇ ਜੀ, ਕੋਸ਼ਿਸ਼ ਉਹਦੀ ਕਰਨੀ ਹੈ ਆਪਾਂ। ਠੀਕ ਹੈ, ਸੋ ਬਾਸਮਤੀ ਤਾਂ ਵਾਕਈ ਅਸੀਂ ਸਿਰਫ ਬਾਸਮਤੀ ਯੂਜ਼ ਕਰਦੇ ਹਾਂ, ਬਿਲਕੁਲ, ਵਿਚ ਇਜ਼ ਟੇਸਟ ਵਾਸਤੇ ਅੱਛੀ, ਇਟਸ ਗੁੱਡ ਫॉर ਟੇਸਟ, ਬਟ ਅਦਰਵਾਈਜ਼ ਡਿਜ਼ੀਜ਼ਸ ਦਾ ਕਾਰਕ ਮੰਨੀ ਗਈ ਹੈ, ਕਿਉਂਕਿ ਟਫ ਟੂ ਡਾਈਜੈਸਟ, ਜਿਹੜੀ ਵੀ ਚੀਜ਼ ਪਚਨ 'ਚ ਔਖੀ ਹੈ। ਹੁਣ ਤੁਸੀਂ ਦੇਖੋ ਮਾਵਾਂ ਦੀ ਵੀ ਅਗਰ ਕੋਈ ਗੱਲ ਕਰਦਾ ਤਾਂ ਲੋਕੀ ਕਹਿੰਦੇ ਕਿਸੇ ਨੂੰ ਮਾਂ ਵਾਦੀ ਤੇ ਕਿਸੇ ਨੂੰ ਸਵਾਦੀ, ਰਾਈਟ, ਬਿਲਕੁਲ, ਵੈਸੇ ਕਰਕੇ ਕਹਿੰਦੇ ਨੇ ਪਚਾਣਾ ਔਖਾ ਵਾ, ਔਰ ਅੱਜ ਦੀ ਡੇਟ 'ਚ ਸਾਡੀ ਡਾਈਜੈਸਟਿਵ ਫਾਇਰਸ ਉਨੇ ਚੰਗੇ ਰਹਿ ਨਹੀਂ ਗਏ ਕਿਤੇ ਨਾ ਕਿਤੇ, ਉਨੀ ਅੱਛੀ ਡਾਈਜੈਸ਼ਨ ਹੈ ਨਹੀਂ ਹੈ। ਆਪਾਂ ਲੋਕ ਐਸੀਆਂ ਚੀਜ਼ਾਂ ਖਾ ਲੈਂਦੇ ਜਿਹੜੀਆਂ ਨਿਊਟ੍ਰੀਸ਼ਨ 'ਚ ਬਹੁਤ ਚੰਗੀਆਂ ਨੇ, ਹੁਣ ਪੁਰਾਣੇ ਜ਼ਮਾਨੇ 'ਚ ਸਾਡੇ ਦਾਦੇ ਨਾਨੇ ਜੀ ਜਿਹੜੇ ਨੇ ਉਹਨਾਂ ਦੀ ਡਾਈਜੈਸ਼ਨ ਬਹੁਤ ਚੰਗੀ ਸੀ, ਉਹਨਾਂ ਨੂੰ ਬਾਸਮਤੀ ਬਹੁਤ ਚੰਗੀ ਸੀ। ਸਾਡੇ ਲੋਕਾਂ ਵਾਸਤੇ ਫਿਜ਼ੀਕਲ ਵਰਕ ਘੱਟ ਹੈ, ਬਾਸਮਤੀ ਨੂੰ ਡਾਈਜੈਸਟ ਕਰਨਾ ਕੰਪੈਰੀਟਿਵਲੀ ਟਫਰ ਹੈ। ਅੱਛਾ, ਉਸ ਕਰਕੇ ਪਰਮਲ ਇਜ਼ ਦਾ ਪ੍ਰੈਫਰਡ। ਯਾ, ਇੱਕ ਉਹਨਾਂ ਨੇ ਆਟੇ ਦੀ ਗੱਲ ਕੀਤੀ ਸੀ ਤੇ ਅਸੀਂ ਉਹਨਾਂ ਨੂੰ ਹੀ ਕਵਾਂਗੇ ਕਿ ਉਹ ਆਪਣੇ ਆਟੇ ਦੇ ਵਿੱਚ ਬੇਸਨ ਵਾਲਾ ਆਟਾ ਮਿਕਸ ਕਰਕੇ ਉਹਦੀ ਚਪਾਤੀ
ਲੈਟਸ ਸੀ ਹੋਰ ਕੀ ਕਹਿ ਰਹੇ ਨੇ। ਹੈਲੋ, ਹਾਂਜੀ ਹਾਂਜੀ ਅਰੁਣ ਹਾਂਜੀ ਹਾਂਜੀ ਸੁਦਰਸ਼ਨ ਜੀ ਦੱਸੋ ਕੀ ਕਹਿੰਦੇ ਹੋ। ਡਾਕਟਰ ਸਾਹਿਬ ਨਮਸਕਾਰ। ਨਮਸਕਾਰ ਜੀ। ਹਾਂਜੀ ਮੇਰਾ ਕੁਐਸਚਨ ਹੈ ਛੋਟਾ ਜਿਹਾ, ਆਈ ਐਮ 83 ਈਅਰ ਓਲਡ। ਹਾਂਜੀ ਹਾਂਜੀ। ਪਰ ਮੈਂ ਡਾਇਬੀਟਿਕ ਹਾਂ, ਲੇਕਿਨ ਮੇਰੀ ਹੁਣ ਕੱਲ੍ਹ ਰਿਪੋਰਟ ਆਈ ਹੈ ਅਤੇ 6.0 ਹੈ ਮੇਰੀ ਜਿਹੜੀ ਹੈਗੀ ਸ਼ੂਗਰ ਲੈਵਲ। ਜੀ ਜੀ ਜੀ। ਅਤੇ ਮੈਂ 2 ਟਾਈਮ ਦਵਾਈ ਲੈਣੀ ਹੈ, ਮੈਂ ਪੁੱਛਣਾ ਚਾਹੁੰਦੀ ਹਾਂ ਕਿ ਮੈਨੂੰ 2 ਟਾਈਮ ਲੈਣੀ ਚਾਹੀਦੀ ਹੈ ਕਿ ਨਹੀਂ ਲੈਣੀ ਚਾਹੀਦੀ ਇਸ ਸਟੇਜ ਵਿੱਚ। ਦੇਖੋ ਤੁਹਾਡਾ ਐਚ ਬੀ ਏ 1 C ਜਿਹੜਾ ਆਇਆ ਵਾ ਉਹ 6.0 ਆਇਆ। ਹਾਂ, ਦੈਟ ਇਜ਼ ਅ ਗੁੱਡ ਥਿੰਗ। ਤੁਸੀਂ ਸਿਰਫ ਇਹ ਦੇਖਣਾ ਵਾ ਕਿ ਤੁਹਾਡੀ ਮੈਡੀਸਿਨ ਅੰਦਰ ਮੈਟਫੋਰਮਿਨ ਕਿੰਨੀ ਪਈ ਹੈ। ਜਿਹੜੀ ਮੈਟਫੋਰਮਿਨ ਹੈ ਜੀ, ਮੈਟਫੋਰਮਿਨ ਸਰੀਰ ਨੂੰ ਨੁਕਸਾਨ ਕਰਦੀ ਹੈ। ਤੁਸੀਂ ਇਹ ਕਰ ਸਕਦੇ ਹੋ ਕਿ ਦਿਨ 'ਚ ਅਗਰ ਤੁਸੀਂ 2 ਟਾਈਮ ਦਵਾਈ ਲੈ ਰਹੇ ਹੋ। ਮੈਂ ਹਾਂ ਰਾਤ ਨੂੰ ਲੈਂਦੀ ਹਾਂ ਇੱਕ ਗੋਲੀ, ਇੱਕ ਸਵੇਰੇ ਲੈਂਦੀ ਹਾਂ ਮੈਟਫੋਰਮਿਨ ਤੇ ਨਾਲ ਨਾਲ ਇੱਕ ਛੋਟੀ ਜਿਹੀ ਗੋਲੀ ਹੋਰ ਫਲੇਮਸਾਈਟ। ਹਾਂ ਬਿਲਕੁਲ ਬਿਲਕੁਲ ਬਿਲਕੁਲ। ਜਿਹੜੀ ਗਲਾਈਮੀਪ੍ਰਾਈਡ ਹੈ ਨਾਲ ਜੀ, ਉਹਦਾ ਇੰਨਾ ਨੁਕਸਾਨ ਨਹੀਂ ਹੈ। ਤੁਸੀਂ ਕੋਸ਼ਿਸ਼ ਕਰੋ ਕਿ ਜਿਹੜੀ ਰਾਤ ਵਾਲੀ ਤੁਹਾਡੀ ਡੋਜ਼ਜ਼ ਹੈ ਉਹਦੇ 'ਚ ਤੁਸੀਂ ਮੈਟਫੋਰਮਿਨ ਅੱਧੀ ਕਰ ਦਿਓ। ਬਿਲਕੁਲ ਜੀ ਬਿਲਕੁਲ। ਤੁਸੀਂ ਮੀਚਕਾ ਸਟਾਰਟ ਕਰੋ। ਮੀਚਕਾ ਮੀਚਕਾ ਜਿਹਨੂੰ ਆਪਾਂ ਹਿੰਦੀ 'ਚ ਕਰੰਜ ਕਹਿੰਦੇ ਹਾਂ, ਬੋਟੈਨੀਕਲ ਨੇਮ ਪੋਂਗਾਮੀਆ ਪਿਨੇਟਾ ਹੈ। ਮੀਚਕਾ ਕੋਸ਼ਿਸ਼ ਕਰੋ। ਮੀਚਕਾ ਮੀਚਕਾ ਕਰੰਜ, ਹਿੰਦੀ 'ਚ ਇਹਨੂੰ ਕਰੰਜ ਕਹਿੰਦੇ ਆ, ਕਰੰਜ ਦੇ ਬੀਜ। ਤੁਸੀਂ ਕੋਸ਼ਿਸ਼ ਕਰੋ ਕਰੰਜ ਲੈਣਾ ਸ਼ੁਰੂ ਕਰੋ। ਉਹਦੇ ਨਾਲ ਕੀ ਹੋਏਗਾ, ਬੜੀ ਜਲਦੀ ਤੁਹਾਡੀ ਰਾਤ ਵਾਲੀ ਮੈਟਫੋਰਮਿਨ ਛੁੱਟ ਜਾਏਗੀ। ਪਲੱਸ ਕਿਉਂਕਿ ਕਰੰਜ ਇੱਕ ਮੈਟਾਬੋਲਿਕ ਕੋਰੈਕਟਰ ਹੈ, ਇਹਦੇ ਨਾਲ ਤੁਹਾਡੇ ਜਿਹੜੇ ਜੁਆਇੰਟਸ ਹਲਕੀ ਹਲਕੀ ਪੇਨ ਹੋ ਰਹੀ ਨਾ, ਉਹਦੇ 'ਚ ਵੀ ਇੰਪਰੂਵਮੈਂਟ ਆਈ। ਬਿਲਕੁਲ ਜੀ। ਡਾਇਬਟਿਕ ਨਿਊਰੋਪੈਥੀ ਇੱਕ ਕਾਮਨ ਸਾਈਡ ਇਫੈਕਟ ਹੈ ਮੈਟਫੋਰਮਿਨ ਨੂੰ ਲੰਬੇ ਸਮੇਂ ਵਾਸਤੇ ਲੈਣ ਦੇ ਨਾਲ। ਤੁਸੀਂ ਮੀਚਕਾ ਲਵੋ, ਮੀਚਕਾ ਦੇ ਨਾਲ ਨਾਲ ਤੁਸੀਂ ਥੋੜੀ ਅਜਵਾਇਣ ਵੀ ਖਾ ਛੱਡਿਆ ਕਰੋ। ਅਜਵਾਇਣ ਤੁਹਾਡੇ ਵਾਸਤੇ ਬਹੁਤ ਚੰਗੀ ਹੈ ਜੀ। ਐਵੇਂ ਖਾ ਲਿਆ ਕਰੋ ਰੋਜ਼ ਹੀ ਅਜਵਾਇਣ। ਅਜਵਾਇਣ ਤਾਂ ਤੁਸੀਂ ਬਿਨਾਂ ਕਿਸੇ ਉਸ ਤੋਂ ਰੋਜ਼ ਖਾਓ ਜੀ। ਤਕਰੀਬਨ ਚਮਚ ਦਾ ਅੱਧਾ ਹਿੱਸਾ, ਹਾਫ ਆਫ ਅ ਸਪੂਨ ਅਜਵਾਇਣ ਖਾਇਆ ਕਰੋ ਤੁਸੀਂ। ਠੀਕ ਹੈ ਠੀਕ ਹੈ ਜੀ। ਇਸ ਟਾਈਮ ਵੀ ਖਾ ਲਾਂ, ਕੋਈ ਦਿੱਕਤ ਨਹੀਂ। ਹਾਂਜੀ ਹਾਂਜੀ ਹਾਂਜੀ। ਮੀਚਕਾ ਮਿਲ ਜਾਂਦੀਆਂ ਨੇ, ਨਹੀਂ ਮਿਲਣ ਸਾਡੇ ਜਿਹੜੇ ਮੋਬਾਈਲ ਐਪ ਹੈ ਐਂਡੀ ਕੇਅਰ ਐਪ, ਉਹਦੇ ਥਰੂ ਤੁਸੀਂ ਕੰਟੈਕਟ ਕਰ ਸਕਦੇ ਹੋ। ਆਪਾਂ ਤੁਹਾਨੂੰ ਗਾਈਡ ਕਰ ਦੇਵਾਂਗੇ US ਚ ਕਿੱਥੇ ਅਵੇਲੇਬਲ ਨੇ ਮੀਚਕਾ, ਅਦਰਵਾਈਜ਼ ਅਵੇਲੇਬਲ ਨੇ ਇੰਡੀਅਨ ਸਟੋਰਸ ਤੇ। ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਦਿੱਲੀ ਚ ਤੁਹਾਡਾ ਕਿੱਥੇ ਸੈਂਟਰ ਹੈ? ਦਿੱਲੀ ਚ ਸਾਡੇ 2 ਸੈਂਟਰਸ ਹੈ ਜੀ, ਕਿੰਦਰਪੁਰੀ ਅੰਦਰ ਹੈ ਨਰਾਇਣਾ, ਔਰ ਦੂਸਰਾ ਸੈਂਟਰ ਸਾਡਾ ਨਜ਼ਫਗੜ੍ਹ ਰੋਡ ਤੇ ਕਾਫੀ ਵੱਡਾ ਪੰਚਕਰਮਾ ਸੈਂਟਰ ਹੈ ਦਾ ਵਾਈਟ ਲੋਟਸ ਦੇ ਨਾਮ ਤੋਂ। ਪੰਚਕਰਮਾ, ਠੀਕ ਹੈ। ਮੈਂ ਆਪਣੇ ਬ੍ਰਦਰ ਨੂੰ ਲਿਖਣਾ ਹੈ, ਉਹ ਥੋੜਾ ਜਿੰਨਾ ਉਹਨਾਂ ਵਾਸਤੇ ਮੈਂ ਪੁੱਛ ਰਹੀ ਹਾਂ। ਪੰਚਕਰਮਾ। ਥੈਂਕ ਯੂ ਸੋ ਮਚ ਸੁਦਰਸ਼ਨ ਜੀ। ਲੈਟ ਮੀ ਟੇਕ ਅ ਸ਼ਾਰਟ ਬ੍ਰੇਕ ਐਂਡ ਕਮ ਬੈਕ। ਹਾਂਜੀ ਵੈਲਕਮ ਬੈਕ। ਅਸੀਂ ਸ਼ਮਸ਼ੇਰ ਸਿੰਘ ਜੀ ਨਾਲ ਹੈਗੇ ਆ ਆਨਲਾਈਨ ਏਅਰ ਤੇ। ਦੱਸੋ ਸਰ ਜੀ, ਕੀ ਪੁੱਛ ਰਹੇ ਹੋ ਤੁਸੀਂ ਸਵਾਲ ਡਾਕਟਰ ਸਾਹਿਬ ਨੂੰ? ਮੈਨੂੰ ਸੀਜ਼ਰ ਦੇ ਸਿੰਪਟਮ ਆਉਂਦੇ ਆ ਅਜੇ ਵੀ, ਸੀਜ਼ਰ ਕਈ ਵਾਰੀ ਮਤਲਬ ਜਿਵੇਂ ਸੀਜ਼ਰ ਹੋਣ ਲੱਗਿਆ ਨਾ। ਸ਼ਮਸ਼ੇਰ ਜੀ, ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਲਿਵਰ ਟ੍ਰਾਂਸਪਲਾਂਟ ਦਾ ਤੁਹਾਡਾ ਕੇਸ ਹੈ, ਔਰ ਹੋਇਆ ਕੀ ਹੋਏਗਾ ਜਦੋਂ ਪਹਿਲਾਂ ਲਿਵਰ ਟ੍ਰਾਂਸਪਲਾਂਟ ਹੋਇਆ ਹੋਏਗਾ ਤੇ ਬਾਡੀ 'ਚ ਯੂਰੀਆ ਇੱਕ ਲਿਮਿਟ ਤੋਂ ਬਾਅਦ ਵਧਿਆ ਹੋਏਗਾ। ਐਕਚੁਲੀ ਯੂਰੀਆ ਇੱਕ ਐਸੀ ਚੀਜ਼ ਹੈ ਜਿਹੜਾ ਬਲੱਡ ਬ੍ਰੇਨ ਬੈਰੀਅਰ ਕ੍ਰੋਸ ਕਰ ਜਾਂਦਾ ਵਾ, ਔਰ ਤੁਹਾਨੂੰ ਕਿਤੇ ਨਾ ਕਿਤੇ ਜਿਹੜੇ ਸੀਜ਼ਰਸ ਦੇ ਸਿੰਪਟਮਸ ਵੀ ਆ ਰਹੇ ਨੇ ਉਹਦੇ ਕਰਕੇ ਆ ਰਹੇ ਨੇ। ਤੁਹਾਡਾ ਟ੍ਰਾਂਸਪਲਾਂਟਿਡ ਲਿਵਰ ਹੈ, ਇਸ ਕਰਕੇ ਤੁਸੀਂ ਕੋਈ ਵੀ ਹਰਬ ਜਦੋਂ ਲੈਣੀ ਹੈ ਬੜਾ ਸੋਚ ਕੇ ਬੜੀ ਸਮਝਦਾਰੀ ਦੇ ਨਾਲ ਲੈਣੀ ਹੈ। ਤੁਹਾਨੂੰ ਬਿਲਕੁਲ ਸਿੰਪਲ ਇੱਕ ਤਾਂ ਲਿਵੈਂਡਰ ਫਲਾਵਰਸ, ਜਿਨ੍ਹਾਂ ਦੀ ਮੈਂ ਪਹਿਲੇ ਗੱਲ ਕੀਤੀ ਸੀ, ਤੁਹਾਡੇ ਵਾਸਤੇ ਬਹੁਤ ਅੱਛੇ ਨੇ। ਦੈਨ ਇੱਕ ਹਰਬ ਆਉਂਦੀ ਹੈ ਸ਼ੰਖ ਪੁਸ਼ਪੀ, ਇੱਕ ਹਰਬ ਆਉਂਦੀ ਹੈ ਵਚਾ। ਸ਼ੰਖ ਪੁਸ਼ਪੀ ਅਤੇ ਵਚਾ ਟ੍ਰਾਂਸਪਲਾਂਟਿਡ ਲਿਵਰ ਵਾਸਤੇ ਸੇਫ ਹੁੰਦੀਆਂ ਨੇ। ਤੁਸੀਂ 1-1 ਗ੍ਰਾਮ ਦੋਨੋਂ ਲੈ ਸਕਦੇ ਹੋ, 1 ਗ੍ਰਾਮ ਆਫ ਸ਼ੰਖ ਪੁਸ਼ਪੀ, 1 ਗ੍ਰਾਮ ਆਫ ਵਚਾ। ਇਹਦੇ ਨਾਲ ਨਾਲ ਮੈਂ ਚਾਹਾਂਗਾ, ਕਿਉਂਕਿ ਤੁਹਾਡਾ ਟ੍ਰਾਂਸਪਲਾਂਟਿਡ ਲਿਵਰ ਦਾ ਕੇਸ ਹੈ, ਤੁਹਾਡੀ ਇੱਕ ਫਾਈਲ ਬਣੀ ਹੋਏਗੀ ਉਸ ਲਿਵਰ ਟ੍ਰਾਂਸਪਲਾਂਟੇਸ਼ਨ ਜਦੋਂ ਤੁਹਾਡੀ ਹੋਈ, ਔਰ ਕੁਝ ਮੈਡੀਸਿਨਸ ਤੁਹਾਡੀਆਂ ਚੱਲ ਰਹੀਆਂ ਹੋਣਗੀਆਂ ਇਮਿਊਨੋਸਪ੍ਰੈਸੈਂਟਸ, ਜਿਹੜੀਆਂ ਕਿ ਉਸ ਟ੍ਰਾਂਸਪਲਾਂਟਿਡ ਲਿਵਰ ਨੂੰ ਬੋਡੀ 'ਚ ਕੰਮ ਕਰਦੇ ਰੱਖਣ ਵਾਸਤੇ ਲੈਣੀਆਂ ਜ਼ਰੂਰੀ ਨੇ। ਅਤੇ ਤੁਸੀਂ ਪਲੀਜ਼ ਆਪਣੀਆਂ ਰਿਪੋਰਟਸ, ਆਪਣੀਆਂ ਡਿਟੇਲਸ ਅਗਰ ਪੋਸੀਬਲ ਹੈ ਸਾਨੂੰ ਫੋਰਵਰਡ ਕਰੋ, ਤਾਂ ਕਿ ਤੁਹਾਨੂੰ ਬੜਾ ਹੀ ਕੈਲਕੂਲੇਟਿਵ ਤਰੀਕੇ ਨਾਲ ਚੀਜ਼ ਦਿੱਤੀ ਜਾ ਸਕੇ। ਕਿਉਂਕਿ ਟ੍ਰਾਂਸਪਲਾਂਟਿਡ ਔਰਗਨ ਜਦੋਂ ਬੋਡੀ ਦੇ ਅੰਦਰ ਹੁੰਦਾ ਵੈ, ਉਦੋਂ ਆਪਾਂ ਐਸੀ ਕੋਈ ਦਵਾਈ ਨਹੀਂ ਖਾਣੀ ਜਿਹੜੀ ਇਮਿਊਨ ਸਿਸਟਮ ਨੂੰ ਪ੍ਰਮੋਟ ਕਰੇ। ਆਪਾਂ ਉਹ ਚੀਜ਼ਾਂ ਖਾਣੀਆਂ ਨੇ ਜਿਹੜੀਆਂ ਇਮਿਊਨ ਸਿਸਟਮ ਨੂੰ ਪ੍ਰਮੋਟ ਨਾ ਕਰਨ, ਤਾਂ ਕਿ ਟ੍ਰਾਂਸਪਲਾਂਟਿਡ ਔਰਗਨ ਦੇ ਅਗੇਂਸਟ ਕੰਮ ਨਾ ਕਰਨ। ਕਿਉਂਕਿ ਹੁੰਦਾ ਕਿ ਇੱਕ ਪਾਸੇ ਤਾਂ ਇਮਿਊਨੋਸਪ੍ਰੈਸੈਂਟਸ ਚੱਲ ਰਹੇ ਹੁੰਦੇ ਨੇ, ਦੂਜੇ ਪਾਸੇ ਕਈ ਵਾਰੀ ਪੇਸ਼ੈਂਟ ਨੂੰ ਇਮਿਊਨੋ ਮੋਡੂਲੇਟਰਸ ਦੇ ਦਿੱਤੇ ਜਾਂਦੇ ਨੇ ਜਿਹੜੇ ਨਹੀਂ ਦੇਣੇ ਹੁੰਦੇ। ਜੀ ਜੀ ਜੀ, ਠੀਕ ਹੈ ਸਰ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ। ਤੇ ਲਵੈਂਡਰ ਤੁਸੀਂ ਦੱਸ ਰਹੇ ਹੋ ਇਹਨਾਂ ਨੂੰ ਕਿ ਲੈਣਾ? ਲਵੈਂਡਰ, ਸ਼ੰਖ ਪੁਸ਼ਪੀ, ਐਨ ਵਚਾ, ਇਹ ਤਿੰਨ ਚੀਜ਼ਾਂ ਲੈ ਸਕਦੇ ਨੇ। ਲਵੈਂਡਰ ਦੇ ਫਲਾਵਰਸ ਅਪਰੋਕਸੀਮੇਟਲੀ 1 ਗ੍ਰਾਮ ਡੇਲੀ। ਤੇ ਫਲਾਵਰਸ ਨੂੰ ਲੈਂਦੇ ਕਿਸ ਤਰ੍ਹਾਂ? ਇਹਨਾਂ ਦੇ ਕੇਸ ਆਪਾਂ ਭੁੰਨ ਕੇ ਨਹੀਂ ਲੈਣੇ, ਇਹਨਾਂ ਦੇ ਕੇਸ ਆਪਾਂ ਡਾਇਰੈਕਟਲੀ ਪਾਣੀ ਦੇ ਨਾਲ ਲੈਣੇ ਨੇ। ਜਿਸ ਤਰ੍ਹਾਂ ਆਪਾਂ ਪਿੱਛੇ ਗੱਲ ਕੀਤੀ ਨਾ ਭੁੰਨ ਕੇ, ਇੱਕ ਟ੍ਰਾਂਸਪਲਾਂਟਿਡ ਔਰਗਨ ਦੇ ਕੇਸ 'ਚ ਆਪਾਂ ਘਿਓ 'ਚ ਭੁੰਨੀ ਹੋਈ ਚੀਜ਼ ਨਹੀਂ ਲੈਣੀ। ਸੋ ਇਹ ਇੰਜ ਵੀ ਲੈ ਸਕਦੇ ਹਾਂ ਬਿਲਕੁਲ ਗਰਮ ਪਾਣੀ, ਵਿਦ ਗਰਮ ਪਾਣੀ। ਠੀਕ ਹੈ, ਬਹੁਤ ਵਧੀਆ। ਇਹਨਾਂ ਨੂੰ ਪੁੱਛਦੇ ਹਾਂ। ਹੈਲੋ,
ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ, ਮੇਰੇ ਕੋਲ ਬਿਲਕੁਲ ਟਾਈਮ ਨਹੀਂ ਹੈ, ਤੁਸੀਂ ਕਾਲ ਦੁਬਾਰਾ ਕਰੋ। ਹੈਲੋ, ਹਾਂਜੀ, ਹੈਲੋ, ਹਾਂਜੀ, ਕੌਣ ਬੋਲ ਰਹੇ ਹੋ? ਹਾਂਜੀ, ਮੈਂ ਕੁਲਵਿੰਦਰ ਬੋਲਦੀ ਹਾਂ। ਕੁਲਵਿੰਦਰ ਦੱਸੋ ਕੀ ਕਹਿੰਦੇ ਹੋ, ਸਵਾਲ ਪੁੱਛੋ ਆਪਣਾ। ਹਾਂਜੀ, ਮੇਰਾ ਆਪਰੇਟ ਹੋਇਆ ਸੀ, ਹਾਂਜੀ, ਇਹ ਅਗਸਤ ਵਿੱਚ। ਮੈਂ ਯੋਗਾ ਬਾਰੇ ਪੁੱਛ ਰਹੀ ਹਾਂ ਕਿ ਮੈਂ 9 ਮਹੀਨੇ ਹੋਏ ਆ, ਮੈਂ ਯੋਗਾ ਕਰ ਸਕਦੀ ਹਾਂ? ਦੇਖੋ ਜੀ, ਯੋਗਾ ਦੇ ਅੰਦਰ ਤੁਸੀਂ ਕਪਾਲ ਵਾਤੀ ਥੋੜੀ ਅਵਾਇਡ ਕਰਨੀ ਹੈ। ਕਿਹੜਾ ਆਪਰੇਸ਼ਨ ਹੋਇਆ? ਮੇਰਾ ਯੂਟਰਸ ਦਾ ਹੋਇਆ ਹੈ ਆਪਰੇਸ਼ਨ। ਆਪਾਂ ਕਪਾਲ ਵਾਤੀ ਅਵਾਇਡ ਕਰਨੀ ਹੈ ਜੀ। ਅਨਲੋਮ ਵਿਲੋਮ ਕਰ ਸਕਦੇ ਹੋ, ਸੀਤਲੀ ਗਰਮ ਕਰ ਸਕਦੇ ਹੋ। ਯੋਗਾ ਦੇ ਅੰਦਰ ਜਿਹੜੇ ਸਿੰਪਲ ਯੋਗਾ ਦੇ ਆਸਨਸ ਨੇ, ਲਾਈਟ ਵਾਲੇ ਸ਼ਵ ਆਸਨ ਕਰ ਸਕਦੇ ਹੋ, ਪਵਨ ਮੁਕਤ ਆਸਨ ਕਰ ਸਕਦੇ ਹੋ, ਟਫ ਵਾਲੇ ਆਸਨ ਨਹੀਂ ਕਰਨੇ। ਔਰ ਕਪਾਲ ਭਾਤੀ ਤੁਸੀਂ ਅਵੋਇਡ ਕਰਨੀ ਹੈ, ਕਿਉਂਕਿ ਕਰੀਬਨ ਸਾਲ ਤੋਂ ਲੈ ਕੇ 2 ਸਾਲ ਤੱਕ ਲੱਗ ਜਾਂਦੇ ਨੇ ਇੰਟਰਨਲ ਸਟਿਚਿਸ ਹੀਲ ਹੋਣ ਦੇ ਵਾਸਤੇ। ਠੀਕ ਹੈ ਜੀ? ਹਾਂਜੀ, ਅੱਛਾ, 2 ਸਾਲ ਵਾਸਤੇ ਨਹੀਂ ਕਰ ਸਕਦੇ? ਮੇਰੀ ਲੱਤ ਨੂੰ ਪ੍ਰੋਬਲਮ ਬਹੁਤ ਹੈ ਕਿ ਲੱਤ ਦੁਖਦੀ ਆ ਜਦੋਂ ਦਾ ਆਪਰੇਸ਼ਨ ਕਰਵਾਇਆ ਸੱਜੀ ਲੱਤ। ਤੁਸੀਂ ਉਹਦੇ ਵਾਸਤੇ ਨਾ ਇੱਕ ਥਾਈ ਸਟਰੈਂਥਨਿੰਗ ਐਕਸਰਸਾਈਜ਼ ਆਉਂਦੀਆਂ ਜੀ, ਉਹਨਾਂ ਦਾ ਕੋਈ ਰਿਸਕ ਨਹੀਂ ਹੈ। ਥਾਈ ਸਟਰੈਂਥਨਿੰਗ ਐਕਸਰਸਾਈਜ਼, ਥਾਈਜ਼ ਦੀ ਐਕਸਰਸਾਈਜ਼, ਪੈਰ ਨੂੰ ਆਪਾਂ ਸਿੱਧਾ ਕਰਕੇ ਇਸ ਤਰ੍ਹਾਂ ਤੇ ਇਸ ਤਰ੍ਹਾਂ, ਹਾਂਜੀ, ਇਸ ਤਰ੍ਹਾਂ ਤੇ ਇਸ ਤਰ੍ਹਾਂ ਲੱਤ ਕੜਾ ਕੇ। ਇੱਕ ਇਹ ਜ਼ਰੂਰ ਕਰਨੀ ਹੈ, ਇੱਕ ਆਪਾਂ ਕੋਸ਼ਿਸ਼ ਕਰਨੀ ਹੈ ਕਿ ਹਫ਼ਤੇ 'ਚ ਇੱਕ ਵਾਰੀ ਆਪਾਂ ਥੋੜ੍ਹਾ ਜਿਹਾ ਮਿੱਠਾ ਤੇਲ ਲੈ ਲਓ, ਮਿੱਠੇ ਤੇਲ 'ਚ ਥੋੜ੍ਹੀ ਸੁੰਡ ਪਾਓ, ਥੋੜ੍ਹੀ ਅਜਵਾਇਣ ਪਾਓ, ਉਹਨੂੰ ਸਿਮ 'ਤੇ ਰੱਖ ਲਵੋ, ਅਤੇ ਉਸ ਦੇ ਅੰਦਰ ਜਦੋਂ ਸਿੱਧ ਹੋ ਜਾਂਦੀ, ਜਦੋਂ ਦੋਨੋਂ ਚੀਜ਼ਾਂ ਜਲ ਜਾਂਦੀਆਂ ਨੇ, ਉਸ ਤੇਲ 'ਤੇ ਤੁਸੀਂ ਆਪਣੀ ਥਾਈਜ਼ ਔਰ ਲੈਗਸ ਉੱਪਰ ਮਾਲਿਸ਼ ਕਰਿਆ ਕਰੋ ਜੀ। ਅੱਛਾ ਜੀ, ਠੀਕ ਹੈ ਜੀ। ਹਾਂਜੀ, ਇੱਕ ਮੈਂ ਸਾਈਕਲ, ਜਿਵੇਂ ਸਾਈਕਲ ਹੁੰਦਾ ਇਹ ਚਲਾ ਸਕਦੀ ਹਾਂ? ਬਿਲਕੁਲ ਚਲਾ ਸਕਦੇ ਹੋ, ਲੇਕਿਨ ਘੱਟ ਫ੍ਰਿਕਸ਼ਨ ਕਰਕੇ, ਫ੍ਰਿਕਸ਼ਨ ਜ਼ਿਆਦਾ ਨਹੀਂ ਹੋਣੀ ਚਾਹੀਦੀ। ਅੱਛਾ ਜੀ, ਕਿੰਨਾ ਚਿਰ ਵਾਸਤੇ, ਕਿੰਨੇ ਚਿਰ ਤੋਂ ਚਲਾ ਸਕਦੀ? 10 ਮਿੰਟ ਤੋਂ ਲੈ ਕੇ 20 ਮਿੰਟ ਤੱਕ ਤੁਸੀਂ ਸਾਈਕਲ ਚਲਾ ਸਕਦੇ ਹੋ, ਘੱਟ ਫ੍ਰਿਕਸ਼ਨ ਨਾਲ। ਫ੍ਰਿਕਸ਼ਨ ਬਹੁਤ ਜ਼ਿਆਦਾ ਨਾ ਰੱਖਣਾ ਜੀ। ਅੱਛਾ, ਹਾਂਜੀ, ਸਿੰਪਲ ਮੋਡ ਤੇ ਪਾ ਕੇ ਉਹਨੂੰ। ਹਾਂਜੀ, ਬਹੁਤ ਵਧੀਆ ਜੀ, ਥੈਂਕ ਯੂ ਸੋ ਮਚ। ਸਵਾਲ ਹੋਰ ਵੀ ਆ ਰਹੇ ਹਨ, ਤੁਸੀਂ ਪਲੀਜ਼ ਅਰਵਿੰਦ justbroadcasting.com ਦੇ ਉੱਤੇ ਜਾਂ ਫਿਰ ਡਾਇਰੈਕਟਲੀ, ਸਪੈਸ਼ਲੀ ਇਹਨਾਂ ਡਾਕਟਰ ਨਵਦੀਪ ਤੋਂ ਕੁਸ਼ਚਨਸ ਹੋਣ, ਡਾਕਟਰ ਮੋਨਿਕਾ ਤੋਂ ਕੁਸ਼ਚਨਸ ਹੋਣ, ਡਾਇਰੈਕਟਲੀ ਇਹਨਾਂ ਨੂੰ ਕੋਂਟੈਕਟ ਕਰੋ। ਤੁਸੀਂ ਯੂਨੋ ਨੰਬਰਸ ਅਸੀਂ ਤੁਹਾਨੂੰ ਦਿੱਤੇ ਹੈ, ਐਂਡ ਅੱਜ ਇੱਥੇ ਨੇ ਡਾਕਟਰ ਸਾਹਿਬ, ਕੱਲ੍ਹ ਪਰਸੋਂ ਵੀ ਇੱਥੇ ਨੇ ਨਿਊਯਾਰਕ 'ਚ, ਐਂਡ 17-18 ਨੂੰ ਕੈਲੀਫੋਰਨੀਆ 'ਚ ਹੈਗੇ ਨੇ, ਫ੍ਰੀਮੌਂਟ 'ਚ। ਸੋ ਜ਼ਰੂਰ ਤੁਸੀਂ ਕੋਂਟੈਕਟ ਕਰ ਸਕਦੇ ਹੋ, ਨੰਬਰਸ ਤੁਹਾਡੇ ਕੋਲ ਨੇ, ਸਾਨੂੰ ਵੀ ਕੋਈ ਈਮੇਲ ਰਾਹੀਂ ਜਾਂ ਫੇਸਬੁੱਕ ਪੇਜ ਰਾਹੀਂ ਕੰਟੈਕਟ ਕਰ ਸਕਦੇ ਹੋ। ਹਰਕੀਰਤ ਜੀ ਦੇ ਉੱਤੇ ਵੀ ਕੋਸ਼ਿਸ਼ ਰਹੇਗੀ। ਹਾਂਜੀ, 7 o'clock, ਯਾ, ਗੁੱਡ ਰਿਮਾਈਂਡਰ, ਥੈਂਕ ਯੂ ਡਾਕਟਰ ਸਾਹਿਬ। ਹਰਕੀਰਤ ਜੀ ਨਾਲੇ ਦੁਬਾਰਾ ਬੈਠਣਗੇ ਲਾਈਵ, ਸੋ ਯੂ ਕੈਨ ਯੂ ਨੋ ਜੁਆਇਨ। ਹੋਰ ਵੀ ਕਿਸੇ ਦੇ ਕੁਐਸਚਨਸ ਰਹਿ ਗਏ ਹਨ ਤਾਂ ਡੈਫੀਨੇਟਲੀ ਤੁਸੀਂ ਉਸ ਵੇਲੇ 7 ਵਜੇ ਦੁਬਾਰਾ ਡਾਕਟਰ ਨਵਦੀਪ ਆਉਣਗੇ। ਥੈਂਕ ਯੂ ਸੋ ਮਚ ਜੀ, ਬਹੁਤ ਸਾਰੇ ਸਵਾਲ ਨੇ। ਵਾਕਈ ਇਹ ਜਿਹੜੀ ਹੈਗੀ ਹੈ ਨਾ ਆਯੁਰਵੇਦਾ ਸਾਇੰਸ, ਉਹ ਰਿਵਾਈਵ ਕਰਨ ਦੀ ਬੜੀ ਲੋੜ ਹੈ, ਕਿਉਂਕਿ ਇਟ ਮੇਕਸ ਸੋ ਮਚ ਸੈਂਸ ਕਿ ਅਸੀਂ ਉਸ ਤੋਂ ਦੂਰ ਚਲੇ ਗਏ ਹਾਂ, ਤਾਂ ਹੀ ਸਾਡੀਆਂ ਸਾਰੀਆਂ ਜਿਹੜੇ ਇਸ਼ੂਜ਼ ਹੈ ਵਧੇ ਹੋਏ ਹੈ। ਥੈਂਕ ਯੂ ਸੋ ਮਚ, ਥੈਂਕ ਯੂ ਜੀ, ਅੱਜ ਵਾਸਤੇ ਇੰਨਾ ਹੀ। ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ।